Vengo del corazón. Un tema de como que a mí me hace bien el trabajo y el trabajo de mi pobre hermano. Una ley son este llana que por si me llama que te canta de la llana. Porque no te cuenta de la llana. Ya la tomando a la mano para el suelto a tu rey de la llana. Oh, también el trabajo. Bueno, ਸੱਚੀ ਗੱਲ ਕਰ ਜਾਵੇ ਸੱਚਾ ਪ੍ਰਬੰਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੌਜ ਦੇ ਵਿੱਚ ਇੱਕ ਸੈਨਿਕ 18-19 ਸਾਲ 20 ਸਾਲ ਦੀ ਉਮਰ ਦੇ ਵਿੱਚ ਜਾਂਦਾ ਔਰ 28 ਸਾਲ ਆਪਣੀ ਪੂਰੀ ਜਵਾਨੀ ਕਰਕੇ ਫਿਰ ਉਹ ਆਏ ਆ ਕੇ ਵੀ ਉਹਨਾਂ ਨੇ ਇੱਥੇ ਜੇ ਕਿਸੇ ਦੀ ਕਮੀ ਕਰੇ ਕੋਈ ਵੀ ਚਾਹੇ ਕੋਈ ਅੰਮ੍ਰਿਤਸਰ ਹੋਵੇ ਚਾਹੇ ਗੁਰਦਾਸਪੁਰ ਹੋਵੇ ਹਿੰਦੁਸਤਾਨ ਦੇ ਕਿਸੇ ਵੀ ਕੋਨੇ ਤੇ ਅਗਰ ਇੱਕ ਉਹਨਾਂ ਨੂੰ ਫੋਨ ਕਰਤਾ ਕਿ ਫਲਾਨੀ ਜਗ੍ਹਾ ਮਾ ਜਾਣਾ ਮੈਂ ਕਦੇ ਵੀ ਉਹਨਾਂ ਨੇ ਕਿੰਨੇ ਵੀ ਬਿਜੀ ਹੋਣ ਉਹ ਆਪਣੀ ਕਬੀਲਦਾਰੀ ਦੇ ਵਿੱਚ ਜਾਂ ਕਿਸੇ ਕੰਮ ਦੇ ਵਿੱਚ ਉਹਨਾਂ ਨੇ ਕਦੀ ਨਾ ਨਹੀਂ ਕੀਤਾ ਔਰ ਮੈਂ ਲਾਸਟ ਦੇ ਵਿੱਚ ਮੇਰੇ ਨਾਲ ਦੇ ਉਹ ਸਾਥੀ ਆਏ ਆ ਜਿਹੜੇ ਉਹਨਾਂ ਨਾਲ ਨੌਕਰੀ ਕੀਤੀ ਆ ਕੈਪਟਨ ਅਮਰ ਸਿੰਘ ਭੋਲਣ ਤੋਂ ਆਏ ਆ ਉਹ ਬਹੁਤ ਹੀ ਉਹਨਾਂ ਨੂੰ ਨਜ਼ਦੀਕ ਤੋਂ ਜਾਣਦੇ ਆ ਮੇਰੇ ਵੱਲੋਂ ਅਤੇ ਮੇਰੇ ਸਾਥੀਆਂ ਵੱਲੋਂ ਅਤੇ ਜੋ ਮੇਰੇ ਸੀਨੀਅਰ ਆਏ ਆ ਪਿੰਡ ਵਾਸੀਆਂ ਵੱਲੋਂ ਮੈਂ ਸਰਦਾਰ ਪਿਆਰਾ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਕਾਕੂ ਬਹਾਦਰ ਸਿੰਘ ਜੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਸ ਮਹਾਨ ਸਤਿਕਾਰ ਸੂਬੇਦਾਰ ਪਿਆਰਾ ਸਿੰਘ ਜੀ ਗੁਜ਼ਰ ਬੜੇ ਹੀ ਆਦਰ ਤੇ ਸਤਿਕਾਰ ਨਾਲ ਧੰਨਵਾਦ ਕੀਤਾ ਪਰਮੇਸ਼ਰ ਕੇ ਦਾਸ ਕਿਰਤ ਕਰਦਾ ਗੁਰੂ ਸਾਹਿਬ ਉਹਨਾਂ ਨੂੰ ਆਪਣੇ ਚਰਨ ਸਦੀਵੀ ਨਿਵਾਸ ਵਿੱਚ ਕਿਸੇ ਪ੍ਰਕਾਰ ਦੇ ਮੈਂਬਰਾਂ ਨੂੰ ਸਕੇ ਸਮਝੇ ਨੂੰ ਪਾੜਾ ਪੁਰਨ ਦਾ ਪਰਮੇਸ਼ਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪਰਮਾਤਮਾ ਦੇ ਦਾਸ ਕੀ ਕਰਦਾ ਕਿ ਸੱਚੇ ਪਾਤਸ਼ਾਹ ਸਰਦਾਰ ਪਿਆਰਾ ਸਿੰਘ ਨੂੰ ਆਪਣੇ ਚਰਨ ਨਾਲ ਵਿੱਚ ਵਾਕ ਪ੍ਰਗਟ ਕਰੀ ਕਿਸੇ ਪਰਿਵਾਰ ਨੂੰ ਜਗਤ ਨੂੰ ਪਾਣਾ ਮੁੱਲ ਦਾ ਵਾਕ ਰੱਖੀ ਕਿਉਂਕਿ ਪਿਆਰਾ ਸਿੰਘ ਦੇ ਜਾਣ ਤੋਂ ਬਾਅਦ ਸਰਦਾਰ ਪਰਿਵਾਰ ਨੂੰ ਘਾਟਾ ਨਹੀਂ ਆ ਜਿੰਨੇ ਥੋੜ੍ਹਾ ਜਿਹਾ ਸਮਾਂ ਵੀ ਸੀ ਉਹਦੇ ਹਿਸਾਬ ਨਾਲ ਅਖਬਾਰ ਵਗੈਰਾ ਪੜ੍ਹਦੇ ਸੀ ਅਤੇ ਜਿੰਨੇ ਫੌਜੀ ਸਾਡੇ ਪਿੰਡ ਦੇ ਉਹਨਾਂ ਨੂੰ ਵੀ ਹਰੇਕ ਖਬਰ ਦਿੰਦੇ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਗੁਰਬਾਣੀ ਪੜ੍ਹਦੇ ਸੀ ਸਪੀਡ ਚੰਗੀ ਸੀ ਜੇ ਮਹਾਰਾਜ ਦਾ ਪਾਠ ਪੁੱਛੇ ਤਾਂ ਵੀ ਗੁਰਦਾ ਸਿੰਘ ਉਹਨਾਂ ਦੇ ਕਹਿਣਾ ਵੀ ਗੱਲ ਕਰਦੇ ਰੋਡ ਲਾਓ ਤਾਂ ਵੀ ਕਾਠ ਤੌਰ ਹੋ ਜਾਵੇ ਉਹ ਬਹੁਤ ਵੱਡਾ ਘਾਟਾ ਪਿਆ ਇਸ ਚੀਜ਼ ਦਾ ਆਪਾਂ ਸਾਰਿਆਂ ਨੇ ਤੋ ਜਾਣਾ ਇੱਕ ਵਾਰੀ ਸਭ ਨੇ ਹੈ ਚੰਗੇ ਕਰਮ ਕਰਕੇ ਜਾਈਏ ਤਾਂ ਆਪਾਂ ਨੂੰ ਕਿ ਅੱਜ ਪਿਆਰਾ ਸਿੰਘ ਨੂੰ ਆਪਾਂ ਸਾਰੇ ਯਾਦ ਕਰਦੇ ਹਾਂ ਕਿੰਨੇ ਬੁਲਾਰੇ ਆ ਰਹੇ ਜੀ ਤੋ ਇਹੋ ਜਿਹੀ ਜ਼ਿੰਦਗੀ ਜੋ ਕਿ ਜਾਈਏ ਆਪਾਂ ਮਨ ਸੇਹ ਦਾ ਜੋ ਕਹਿਣਾ ਪਹਿਲਾਂ ਸਿੰਘ ਆਪਾਂ ਨੂੰ ਛੱਡ ਗਿਆ ਆਪਾਂ ਇਹਨਾਂ ਨੂੰ ਪਹਿਲਾਂ ਲੈਣਾ ਚਾਹੀਦਾ ਹੈ ਹੁਣ ਇੱਕ ਹੋਰ ਜਿਹੜਾ ਪ੍ਰੋਗਰਾਮ ਭਾਈ ਗੁਰੀ ਸਿੰਘ ਦੱਸਣਗੇ ਕਾਰਕੁਨ ਦੇ ਨਾਲ ਵੀ ਹੋਵੇ ਘੁੰਮਣ ਜਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਹਣਿਆ ਜਿਹੜੇ ਨਿਹੰਗ ਅੱਜ ਸਰੋਪਾ ਦੀ ਵਾਸਤੇ ਕਰਨਗੇ ਬੋਲੇ ਸੋਹਣਿਆ ਸਰਦਾਰ ਜੀ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ
ਸਾਰੀ
ਜਦੋਂ ਧਰਤੀ ਤੇ ਆਪਣਾ ਨਾਮ ਲਾਉਣ ਤੇ ਆਪਾਂ ਆਏ ਹਾਂ ਨਾ, ਆਪਾਂ ਨੂੰ ਸਤਿਗੁਰਾਂ ਨੇ ਵਾਹਿਗੁਰੂ ਗੁਰੂ ਪਰਮੇਸ਼ਰ ਦੇ ਸਵਾਸਥਾਨ ਦੀ ਪੂੰਜੀ ਦੇ ਕੇ ਭੇਜਿਆ। ਜਿਹੜੇ ਗੁਰਮੁਖ ਹੁੰਦੇ ਨੇ ਉਹ ਇਹਨਾਂ ਸਵਾਸਥਾਨ ਦੀ ਪੂੰਜੀ ਨੂੰ ਲਾਹਾ ਕੱਟਦੇ ਹੈ ਕਿ ਸਿਮਰਨ ਕਰਦੇ ਹੈ, ਸੇਵਾ ਕਰਦੇ ਹੈ, ਸੰਗਤ ਕਰਦੇ ਹੈ ਤੇ ਇਹ ਪੂੰਜੀ ਨੂੰ ਵਧਾ ਕੇ ਲਿਆਉਂਦੇ, ਲਾਹਾ ਕੱਟ ਕੇ ਲਿਆਉਂਦੇ, ਗੁਰਮੁਖ ਲਾਹਾ ਲੈ ਗਏ। ਪਰ ਦੂਜੇ ਪਾਸੇ ਮਨਮੁਖ ਚੱਲੇ ਮੂਲ ਗਵਾਏ ਗਏ। ਗੁਰਮੁਖ ਉਹ ਜਿਹੜਾ ਗੁਰੂ ਜੀ ਮਾਤ ਅਨੁਸਾਰ ਜੀਵਨ ਬਤੀਤ ਕਰੇ, ਜਿਹੜਾ ਗੁਰਬਾਣੀ ਅਨੁਸਾਰ ਜੀਵਨ ਲੰਘਾਵੇ, ਅੰਮ੍ਰਿਤ ਕਰੇ, ਉੱਥੇ ਇਸ਼ਨਾਨ ਕਰੇ, ਨਿਤ ਪ੍ਰੇਮ ਕਰੇ, ਸਤਿਗੁਰਾਂ ਦੇ ਦਰਸ਼ਨ ਕਰੇ, ਧਰਮ ਦੀ ਕਿਰਤ ਕਰੇ, ਚੰਗੇ ਕਰਮ ਕਰੇ, ਉਹ ਗੁਰਮੁਖ ਹੁੰਦੇ ਹੈ। ਮਨਮੁਖ ਉਹ ਜਿਹੜੇ ਮਨ ਦੇ ਪਿੱਛੇ ਲੱਗਦੇ ਹੈ, ਜੇ ਮਨ ਕਹਿੰਦਾ ਉੱਥੇ ਲੋੜ ਨਹੀਂ, ਉੱਠਦੇ ਨਹੀਂ, ਸ਼ਾਮ ਨਹੀਂ, ਨਿਤਨੇਮ ਨਹੀਂ, ਬਾਣੀ ਨਹੀਂ ਪੜ੍ਹਨੀ, ਮਹਾਂਪੁਰਖਾਂ ਦੀ ਸੰਗਤ ਨਹੀਂ ਕਰਨੀ, ਉਹ ਫਿਰ ਕਹਿੰਦੇ ਮਨਮੁਖ ਚੱਲੇ ਮੂਲ ਗਵਾਏ ਤੇ। ਉਹ ਇਸ ਗੱਲ ਨੂੰ ਸਤਿਗੁਰਾਂ ਨੇ ਬਾਣੀ ਜਗ੍ਹਾ ਜਗ੍ਹਾ ਫਰਮਾਇਆ। ਕਹਿੰਦੇ ਜੋ ਮਨਮੁਖ ਜਾਂਦਾ ਨਾ ਧਰਤੀ ਤੋਂ, ਧਰਤੀ ਨਾਲ ਬਹੁਤ ਹੀ ਤਿਰਾਸਣੋ ਸਦਾ ਬਹਿਤ ਸੰਗ ਲਾਗੀ, ਜਾਵੇ ਹੰਸ ਕਦੀ ਕਾਇਆ ਪ੍ਰੇਤ ਪ੍ਰੇਤ ਕਰ ਪਾਤੀ। ਮਨਮੁਖ ਦੀ ਗੱਲ ਹੈ। ਕਹਿੰਦੇ ਜੋ ਮਨਮੁਖ ਦਾ ਪ੍ਰਾਣ ਛੱਡ ਜਾਂਦਾ ਹੈ ਚਲਾਉਣਾ ਕਰਨ, ਮਨਮੁਖ ਦਾ ਘਰ ਚ ਰਹਿਣ ਵਾਲਾ ਬਾਕੀ ਸਭ ਝੂਠ ਹੈ। ਨਾਮ ਜਪਣ ਵਾਲੇ ਵੀ ਸੱਚੇ ਹਨ, ਨਾਮ ਜਪਣ ਵਾਲੇ ਤੇ ਜਪਾਉਣ ਵਾਲੇ ਸੰਸਾਰ ਚਾਹੇ ਦੁਨੀਆ ਨੂੰ ਤਾਰਿਆ, ਸੰਗਤਾਂ ਨੂੰ ਤਾਰਿਆ, ਜਿਉਂਦੇ ਜੀ ਵੀ ਨਾਮ ਜਪਿਆ ਤੇ ਜਪਾਇਆ, ਬਾਬਾ ਜੀ ਦਰਗਾਹ ਵੀ ਚਲੇ ਗਏ ਤੇ ਹੁਣ ਵੀ ਹਜ਼ਾਰਾਂ ਅਖੰਡ ਪਾਠ, ਹਜ਼ਾਰਾਂ ਲੱਖਾਂ ਸਤਸੰਗ ਹੁੰਦੇ, ਮਹਾਂਪੁਰਖ ਹੁੰਦੇ ਨਾ, ਉਹ ਜਿਉਂਦੇ ਜੀ ਹਾਜ਼ਰ ਹੁੰਦਿਆਂ ਵੀ ਬੰਦਗੀ ਕਰਦੇ ਤੇ ਕਹਿੰਦੇ ਹੈ, ਜਾਣ ਤੋਂ ਬਾਅਦ ਵੀ ਬੰਦਗੀ ਹੁੰਦੀ ਹੈ। ਦੇਖੋ ਕੈਸੇ ਮਹਾਂਪੁਰਖ ਦੁਨੀਆ ਤੇ ਆਏ, ਜੀਓ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜੀਓ ਨਿਰਮਲ, ਸਤਿਗੁਰ ਤੇ ਕਰਮੀ ਕਮਾਣੀ, ਕੂੜ ਕੀ ਸੋਏ ਪਹੁੰਚੇ ਨਾਈ, ਮਨਸਾ ਸਤ ਸਮਾਣੀ, ਜਨਮ ਰਤਨ ਜਿਵੇਂ ਖੱਟਿਆ ਭਲੇ ਸੇਵਣ ਜਾਏ। ਹੁਣ ਜੀ ਰਿਹਾ ਜਨਮ ਹੀ ਰਿਹਾ ਤੇ ਤੂੰ ਲਾਹਾ ਲਿਆ। ਗੁਰਮੁਖ ਪਿਆਰਿਓ ਆਖਰੀ ਪੰਕਤੀ ਬਣ ਕੇ ਦਾਸ ਵੱਲੋਂ ਸਮਾਪਤੀ ਹੋਵੇਗੀ, ਕਿਉਂਕਿ ਜੋ ਬਾਬਾ ਜੀ ਹੁਕਮ ਅਨੁਸਾਰ ਸਾਡੇ ਸਤਿਕਾਰਯੋਗ ਬਾਬਾ ਸਤਪਾਲ ਸਿੰਘ ਜੀ, ਬਾਬਾ ਮੋਹੀ ਜੀ, ਬਾਬਾ ਜੀ ਦੇ ਪਿਆਰੇ ਬੜੇ ਗੁਰੂ ਸਿੰਘ ਸੇਵਾਦਾਰ ਬਾਬਾ ਜੀ ਹੁਕਮ ਅਨੁਸਾਰ ਪਹੁੰਚ ਚੁੱਕੇ ਹਨ। ਸੋ ਗੁਰੂ ਪਿਆਰਿਓ ਦਾਸ ਵੱਲੋਂ ਇਸ ਸ਼ਬਦ
ਇਹਦਾ ਲਾਹਾ ਲੈਣਾ ਹੈ, ਕਿਵੇਂ ਲਾਹਾ ਲੈਣਾ ਹੈ, ਜਿਵੇਂ ਆਪਣੇ ਸਾਹਮਣੇ ਹੀ ਸਰਦਾਰ ਪਿਆਰਾ ਸਿੰਘ ਜੀ, ਫੌਜੀ ਸਿੰਘ ਕਰਨ ਸੂਬੇਦਾਰ, ਜੋ ਇਸ ਮਾਤਮ ਪਹੁੰਚਾਏ ਗੁਰੂ ਪਿਆਰੇ ਦੇ ਜੇ ਜੀਵਨ ਹੈ ਨਾ, ਜਿਹੜਾ ਇਹ ਜੀਵਨ ਹੈ, ਜ਼ਿੰਦਗੀ ਹੈ, ਇਹ ਇੱਕ ਗੁਲਾਬ ਦਾ ਬੂਟਾ ਹੈ। ਜ਼ਿੰਦਗੀ ਗੁਲਾਬ ਦਾ ਬੂਟਾ ਹੈ, ਕਿਸੇ ਦੇ ਹਿੱਸੇ ਗੁਲਾਬ ਦੇ ਫੁੱਲ ਆ ਗਏ, ਕਿਸੇ ਦੇ ਹਿੱਸੇ ਬੰਦੇ ਆ ਗਏ। ਗੁਰੂ ਪਿਆਰੇ ਕਹਿਣ ਤੋਂ ਭਾਵ ਜ਼ਿੰਦਗੀ ਇੱਕ ਗੁਲਾਬ ਦਾ ਬੂਟਾ ਹੈ, ਕਿਸੇ ਦੇ ਹਿੱਸੇ ਫੁੱਲ ਆ ਗਏ, ਕਿਸੇ ਦੇ ਹਿੱਸੇ ਕੰਢੇ ਆ ਗਏ। ਕੋਈ ਗੁਰਮੁਖ ਬਣ ਗਿਆ, ਗੁਰਮੁਖ ਬਣ ਕੇ ਜੀਵਨ ਬਤੀਤ ਕਰ ਗਿਆ, ਕੋਈ ਇਸੇ ਮਾਤਮ ਪਹੁੰਚਾ ਕੇ ਜੋ ਗੁਰਮੁਖ ਪਿਆਰ ਆਪਣਾ ਜੀਵਨ ਖਰਾਬ ਕਰਕੇ ਚਲਾ ਗਿਆ, ਕੋਈ ਜੀਵਨ ਬਣਾ ਕੇ ਚਲਾ ਗਿਆ, ਜ਼ਿੰਦਗੀ ਬਣਾ ਕੇ ਚਲਾ ਗਿਆ, ਕੋਈ ਜੀਵਨ ਖਰਾਬ ਕਰਕੇ ਚਲਾ ਗਿਆ। ਬੂਟਾ ਇੱਕ ਹੈ ਇਸ ਸੰਸਾਰ ਦੇ ਵਿੱਚ, ਜ਼ਿੰਦਗੀ ਜਿਉਣ ਦਾ ਅੱਡੋ ਅੱਡ ਢੰਗ ਹੈ। ਕੋਈ ਸਿੱਖ ਕਰਕੇ ਚਲਾ ਗਿਆ ਗੁਰੂ ਨਾਨਕ ਦੀ, ਗੁਰੂ ਸਾਹਿਬਾਂ ਦੀ, ਕੋਈ ਇਸੇ ਹੀ ਮਾਤਮ ਕਰ ਕੇ ਨਿੰਦਿਆ ਕਰ ਗਿਆ, ਭਾਵ ਉਹਨਾਂ ਦੇ ਇਸੇ ਕੰਢੇ ਆ ਗਏ। ਪਿਆਰਾਂ ਦਾ ਪੁਸਤਕ ਨਾਮ ਜੀ ਆਪ ਨੂੰ ਪਿਆਰੋ, ਇਹ ਜੀਵਨ ਜਿਨ ਪਿਆਰ ਕਹਿਣ ਲੱਗੇ, ਜਦੋਂ ਰੱਬ ਦੀ ਦਰਗਾਹ ਵਿੱਚ ਗਏ ਉੱਥੇ ਦੋ ਲੈਣਾ ਲੱਗਣੀਆਂ ਹੈ, ਇੱਕ ਅੱਗ ਬਿਠਾਉਣ ਵਾਲਿਆਂ ਦੀ, ਇੱਕ ਅੱਗ ਲਾਉਣ ਵਾਲਿਆਂ ਦੀ। ਪਿਆਰਾਂ ਦਾ ਪੁਸਤਕ ਨਾਮ ਜੀ ਸੁਣਨ ਵਾਲੀਆਂ ਗੱਲਾਂ ਨੇ ਧਿਆਨ ਦੇ ਨਾਲ ਗੁਰੂ ਪਿਆਰਿਓ, ਇੱਕ ਅੱਗ ਲਾਉਣ ਵਾਲਿਆਂ ਦੀ ਲੈਣ ਲੱਗਣੀ ਹੈ, ਮਨਮੁੱਖਾਂ ਦੀ ਲੈਣ ਲੱਗਣੀ ਹੈ। ਜ਼ਿੰਦਗੀ ਗੁਲਾਬ ਦਾ ਇੱਕ ਹਿੱਸੇ ਅੰਡੇ ਆ ਜਾਣੇ ਹਨ, ਔਰ ਇੱਕ ਹਿੱਸੇ ਗੁਲਾਬ ਦਾ ਫੁੱਲ ਆ ਜਾਣਾ ਹੈ। ਗੁਰੂ ਪਿਆਰਿਓ, ਕਿਸੇ ਨੂੰ ਪੁੱਛੋ ਗੁਲਾਬ ਦੇ ਫੁੱਲ ਦਾ ਕਿੰਨਾ ਨਜ਼ਾਰਾ ਹੈ, ਮਿਲ ਲਓ ਆ ਕੇ ਦੇਖੋ, ਔਰ ਕਹਿਣ ਤੋਂ ਭਾਵ ਗੁਲਾਬ ਦੇ ਫੁੱਲ ਨੂੰ ਉਹਦੇ ਕਈ ਪਦਾਰਥ ਬਣਦੇ ਹਨ। ਪਿਆਰਾਂ ਦਾ ਪੁਸਤਕ ਨਾਮ ਸ੍ਰੀ ਵਾਹਿਗੁਰੂ। ਅੱਜ ਸੁਬਾਹ ਹੀ ਬਾਬਾ ਜੀ ਬਚਨ ਕਲਾ ਵਾਲੇ ਆਪਣੀ ਰਚਨਾ ਦੇ ਵਿੱਚੋਂ ਬਚਨ ਫਰਮਾ ਰਹੇ ਸਨ, ਕੋਈ ਜਾਗ ਲਾਉਣ ਵਾਲਾ ਹੋਵੇ, ਸਿਆਣੀ ਮਾਰੀ ਹੋਈ ਦਾਤ ਪਹਿਲਾਂ ਤਾਂ ਜਾਗ ਸੰਭਾਲਣੀ ਪੈਂਦੀ ਹੈ। ਜਦੋਂ ਸੰਭਾਲੀ ਉਹਨੂੰ ਫਰਲਾਉਣ ਦਾ ਵੀ ਢੰਗ ਹੈ, ਇਹ ਨਹੀਂ ਕਿ ਦੁੱਧ ਨੂੰ ਜਾਗ ਹੀ ਜਾਗ ਲਾ ਦਿੱਤੀ ਤਾਂ ਦਹੀਂ ਖੱਟਾ ਬਣ ਗਿਆ, ਥੋੜੀ ਜਾਗ ਲੱਗੀ ਤਾਂ ਦਹੀਂ ਉਹ ਢਿੱਲਾ ਪੈ ਗਿਆ। ਗੁਰੂ ਪਿਆਰੋ, ਜਾਗ ਲਾਉਣ ਵਾਸਤੇ ਵੀ ਸਿਆਣੇ ਮਹਾਂਪੁਰਖਾਂ ਦੀ ਲੋੜ ਹੈ। ਪਿਆਰੋ ਦਾ ਪੁਸਤਕ ਨਾਮ ਸ੍ਰੀ ਵਾਹ, ਜਿਵੇਂ ਖੁੱਲੇ ਸ਼ਬਦ ਕੀਰ ਕਰਨ ਲੱਗਾ, ਸਿਰ ਤੇ ਟੋਪੀ ਨੀਅਤ ਖੋਪੀ, ਲੈਣਾ ਕੀ ਟੋਪੀ ਨੂੰ ਸਿਰ ਧਰ ਕੇ ਕਹਿਣ ਲੱਗਾ, ਸਿਰ ਤੇ ਟੋਪੀ ਲੈ ਗਈ ਨਮਾਜ਼ ਅਦਾ ਕਰਨ ਵਾਸਤੇ, ਤੇਰੀ ਨੀਤ ਤੇਰੀ ਤਾਂ ਟੋਪੀ ਹੈ, ਇਹ ਟੋਪੀ ਦੇ ਕੱਲੀ ਨੇ ਕੀ ਕਰਨਾ ਹੈ। ਗੁਰਮੁਖ ਪਿਆਰ ਕਹਿਣ ਲੱਗਾ, ਸਿਰ ਤੇ ਟੋਪੀ ਨੀਅਤ ਖੋਪੀ, ਲੈਣਾ ਕੀ ਟੋਪੀ ਨੂੰ ਸਿਰ ਧਰ ਕੇ ਤਸਵੀ ਫੇਰੀ, ਮਨ ਨਹੀਂ ਫਿਰਿਆ, ਲੈਣਾ ਕੀ ਤਸਵੀ ਨੂੰ ਹੱਥ ਫੜ ਕੇ ਕਲੀਸੇ ਜੀਤੇ ਰੱਬ ਵੀ ਮਿਲਿਆ, ਲੈਣਾ ਕਿ ਵਿਚੁਲਿਆਂ ਦੇ ਵੜ ਕੇ ਉਹ ਬੋਲਿਆ, ਜਾਗ ਬਿਨਾਂ ਦੁੱਧ ਨਹੀਂ ਜੰਮਦਾ, ਚਾਹੇ ਲਾਭ ਹੋ ਜਾਏ ਕੱਢ ਕੱਢ ਕੇ ਪਿਆਰਾਂ ਦਾ ਪੁਸਤਕ ਨਾਮ ਸ੍ਰੀ ਵਾਹ। ਜਾਗ ਲਾਉਣੀ ਹੀ ਪੈਣੀ ਹੈ, ਜਾਗ ਲਾਉਣ ਵਾਸਤੇ ਵੀ ਸਿਆਣੀ ਮਾਤਾ ਦੀ ਲੋੜ ਹੈ। ਇਹ ਨਹੀਂ ਕਿ ਜਦੋਂ ਜਾਗ ਲਾ ਲਈ ਜਾਦੀ ਲਾ ਲਈ ਜਾਂ ਥੋੜ੍ਹੀ ਲਾ ਲਈ, ਚਾਹੇ ਤੁਹਾਨੂੰ ਜਿੰਨਾ ਮਰਜ਼ੀ ਕੱਢ ਲਾ, ਬੋਲੇ ਸ਼ਾਹ ਕਹਿਣ ਲੱਗਾ, ਔਰ ਜਾਗ ਬਿਨਾਂ ਦੁੱਧ ਨਹੀਂ ਜੰਮਦਾ, ਭਾਵੇਂ ਲਾਲ ਹੋ ਜਾਏ ਕੱਢ ਕੱਢ ਕੇ, ਜਿੰਨਾ ਮਰਜ਼ੀ ਕਾੜੀ ਜਾਓ, ਜਿੰਨੀ ਮਰਜ਼ੀ ਥੱਲੇ ਅੱਗ ਬਾਲੀ ਜਾਓ, ਉਹਨੂੰ ਜਾਗ ਲਾਉਣੀ ਹੀ ਪੈਣੀ ਹੈ। ਬਾਬਾ ਜੀ ਫਰਮਾਉਂਦੇ ਹਨ, ਜਾਗਦਾ ਉਹ ਹੈ, ਜਗਾਉਂਦਾ ਉਹ ਹੈ, ਜਿਹੜਾ ਆਪ ਜਾਗਦਾ ਹੁੰਦਾ ਹੈ। ਪਿਆਰਾਂ ਦਾ ਪੁਸਤਕ ਨਾਮ ਸ੍ਰੀ ਵਾਹ, ਜਿਹੜਾ ਜਪਾਉਂਦਾ ਉਹ ਹੈ, ਜਿਹੜਾ ਆਪ ਜਪਦਾ ਹੋਵੇ, ਇਹ ਵੀ ਕਿ ਆਪ ਤਾਂ ਉੱਠਣਾ ਹੀ ਨਹੀਂ, ਆਪ ਜਪਣਾ ਹੀ ਨਹੀਂ, ਔਰ ਦੂਜੇ ਨੂੰ ਕੀ ਕਹਿਣਾ, ਆਪਣੇ ਦਿਨਾਂ ਦੀ ਰੱਖਿਆ ਕਰ। ਔਰ ਇਹੀ ਗੱਲ ਬਣਦੀ ਗੁਰਮੁਖ ਪਿਆਰਿਓ, ਪਹਿਲਾਂ ਆਪਣਾ ਜੀਵਨ ਢਾਲਣਾ ਪੈਣਾ ਹੈ ਇੱਥੇ ਦਾਤ। ਔਰ ਬਾਬਾ ਜੀ ਬਦਲੀ ਤਲਾ ਬਾਰੇ ਬਹੁਤ ਲੰਬੇ ਸਮੇਂ ਤੋਂ ਪਿੰਡ ਵਿੱਚ ਆਇਆ ਕਰਦੇ, ਸਾਰੇ ਜਾਣਦੇ ਹਨ ਇਸ ਪਿੰਡ ਦੇ ਗੁਰਮੁਖ ਪਿਆਰੇ, ਆਪਣਾ ਕਹਿੰਦੀ ਹੋਰ ਗੁਰਦੀਪ ਸਿੰਘ ਜੀ ਸਾਰੇ ਮਿਲੇ ਦਾਸ ਨੂੰ, ਔਰ ਸਾਰੇ ਹੀ ਬਾਬਾ ਗੁਰਜੀ ਮਹਾਰਾਜ ਸਿੰਘ ਜੀ ਪੁਰਾਣੇ ਬਜ਼ੁਰਗ
ਔਰ ਪਿਆਰਾ ਸਿੰਘ ਜੀ ਦੇ ਨਾਲ ਬੜਾ ਪਿਆਰ ਤੁਹਾਨੂੰ ਪਿਆਰਿਓ ਕਿ ਸਾਰੇ ਜਾਣਦੇ ਸਾਡੇ ਜੀਵਨ ਨੂੰ, ਸਾਡੇ ਬਹਿਰੂਆਂ ਦੇ ਜੀਵਨ ਨੂੰ ਗੁਰੂ ਪਿਆਰਿਓ ਜੀਵਨ ਕਿਵੇਂ ਹੈ। ਆਪ ਜਾਗਣਾ ਤਾਂ ਦੂਜੇ ਨੂੰ ਜਗਾ ਸਕਦਾ, ਜਿਹੜਾ ਆਪ ਜਾਗਦਾ ਹੈ ਕੋਈ ਦੂਸਰੇ ਨੂੰ ਜਗਾ ਸਕਦਾ। ਪਿਆਰਾ ਨਾਲ ਕੋਈ ਸਤਨਾਮ ਸ੍ਰੀ ਜਾਗ ਲਾਉਣ ਵਾਲੀ ਮਾਈ ਸਿਆਣੀ ਹੋਵੇ, ਜਦੋਂ ਜਾਗ ਲੱਗੀ ਅੱਜ ਬਾਬਾ ਜੀ ਨੇ ਅੱਜ ਹੀ ਫਰਮਾਇਆ, ਫਿਰ ਉਹ ਦੁੱਧ ਨੂੰ ਟਕਾ ਕੇ ਰੱਖਣਾ ਪੈਂਦਾ। ਇਹ ਨਹੀਂ ਕਿ ਥੋੜੇ ਸਮੇਂ ਬਾਅਦ ਟੱਕਣ ਪੱਟ ਕੇ ਫਿਰ ਹਿਲਾਓ ਫਿਰ ਹਿਲਾਓ। ਜਦੋਂ ਗੁਰੂ ਨੂੰ ਪਿਆਰ ਜੇ ਉਹਨੂੰ ਦੁੱਧ ਨੂੰ ਟਿਕਾਇਆ ਹੀ ਨਾ ਤਾਂ ਫਿਰ ਉਹ ਦੁੱਧ ਜੰਮਣਾ ਨਹੀਂ। ਪਿਆਰਾਂ ਦਾ ਸਤਨਾਮ ਸ੍ਰੀ ਵਾਹ। ਜਦੋਂ ਜਾਗ ਲੱਗੀ ਸਹੀ ਢੰਗ ਦੇ ਨਾਲ ਜਾਗ ਲੱਗੀ ਤਾਂ ਦੁੱਧ ਜਦੋਂ ਜੰਮ ਗਿਆ ਫਿਰ ਉਹ ਦਹੀਂ ਬਣ ਗਿਆ। ਦਹੀਂ ਤੋਂ ਬਾਅਦ ਗੁਰੂ ਨੂੰ ਪਿਆਰ ਪਤਾ ਨਹੀਂ ਫਿਰ ਸਿਆਣੀਆਂ ਮਾਤਾਵਾਂ ਕਿਹੜੇ ਕਿਹੜੇ ਪਦਾਰਥ ਬਣਾ ਲੈਂਦੀਆਂ ਹੈ, ਔਰ ਦਹੀਂ ਤੋਂ ਬਾਅਦ ਰਿੜਕਿਆ ਜਾਂਦਾ ਹੈ। ਰਿੜਕਣ ਤੋਂ ਬਾਅਦ ਗੁਰੂ ਨੂੰ ਪਿਆਰ ਹੋ ਜਾਂਦਾ ਹੈ। ਆਓ ਸਰਦਾਰ ਜਗਜੀਤ ਸਿੰਘ ਜੀ ਵੀ ਪਹੁੰਚਦੇ ਹਨ, ਮੈਂਬਰ ਸ਼੍ਰੋਮਣੀ ਕਮੇਟੀ ਹੋਰ ਨਾਲ ਸਾਰੇ ਪਹੁੰਚੇ ਹਨ ਗੁਰਮੁਖ ਪਿਆਰਿਓ, ਜਿਨ੍ਹਾਂ ਦਾ ਘਰ ਬਾਬਾ ਪਿਆਰਾ ਸਿੰਘ ਜੀ ਦੇ ਨਾਲ ਬੜਾ ਪਿਆਰ, ਸੂਬੇਦਾਰ ਜੀ ਪਿਆਰਾ ਸਿੰਘ ਜੀ ਉਹਨਾਂ ਦੇ ਨਾਲ ਬੜਾ ਪਿਆਰ, ਇਹ ਸਾਰੇ ਪਰਿਵਾਰ ਦਾ ਤਲਵੰਡੀ ਪਰਿਵਾਰ ਦਾ ਬੜਾ ਪਿਆਰ ਹੈ ਇਸ ਪਿੰਡ ਦੇ ਨਾਲ ਗੁਰਮੁਖ ਪਿਆਰਿਓ। ਤਾਂ ਉਹ ਫਿਰ ਸ਼ਕਤੀ ਪਦਾਰਥ ਬਣਦੇ ਹਨ, ਜਦੋਂ ਉਹ ਜਾਗ ਸੇ ਢੰਗ ਦੇ ਨਾਲ ਜਾਗ ਲੱਗ ਗਈ ਤਾਂ ਫਿਰ ਸ਼ਕਤੀ ਪਦਾਰਥ ਬਣਦੇ ਹਨ। ਪਿਆਰਾਂ ਨਾਲ ਕੋਈ ਸਤਨਾਮ ਸ੍ਰੀ ਵਾਹ। ਉਹ ਜਿਹੜੀ ਕਹਿਣ ਲੱਗੀ ਪਤਾ ਮੈਨੂੰ ਵੀ ਫੁੱਲਾਂ ਵਾਲਾ ਜੀਵਨ ਵਰਜੀ ਕਰਕੇ ਗਏ, ਇਹਨਾਂ ਨੇ ਇੱਥੇ ਫੁੱਲ ਆਇਆ, ਗੁਲਾਬ ਦਾ ਫੁੱਲ ਆ ਗਿਆ, ਔਰ ਕੋਈ ਉਹਨਾਂ ਦੀ ਨਜ਼ਰ ਕਰਨ ਵਾਲੇ ਉਹਨਾਂ ਦੇ ਇੱਥੇ ਕੰਢੇ ਆ ਗਏ। ਗੁਰਮੁਖ ਪਿਆਰਿਓ ਸਰਦਾਰ ਪਿਆਰਾ ਸਿੰਘ ਜੀ, ਸੂਬੇਦਾਰ ਜੀ ਗੁਰਮੁਖ ਪਿਆਰਿਓ, ਜਿਨ੍ਹਾਂ ਨੇ ਅੰਮ੍ਰਿਤ ਵੇਲੇ ਉੱਠਣਾ, ਉੱਠ ਕੇ ਇਸ਼ਨਾਨ ਕਰਨਾ, ਉਹਦੀ ਤਰ੍ਹਾਂ ਕਿਉਂਕਿ ਫੌਜੀ ਸਿੰਘਾਂ ਦਾ ਸੁਭਾਅ ਬਣਿਆ ਹੁੰਦਾ ਹੈ, ਸਾਡੇ ਕੋਲ ਵੀ ਫੌਜੀ ਸਿੰਘ ਸਾਡੇ ਨਾਲ ਆਏ ਹਨ, ਗੁਰੂ ਪਿਆਰਿਓ ਦਾ ਸੁਭਾਅ ਬਣਿਆ ਹੁੰਦਾ ਜਿਸ ਤਰ੍ਹਾਂ ਕਹਿਣ ਦਾ। ਔਰ ਟਾਈਮ ਦੇ ਨਾਲ ਜਿਹੜਾ ਟਾਈਮ ਇਹਨਾਂ ਨੇ ਬੰਨ ਲਿਆ ਉਹ ਟਾਈਮ ਤੇ ਪੱਕੇ ਹੋ ਕੇ ਇਹਨਾਂ ਨੇ ਡਿਊਟੀ ਦੇਣੀ ਫੌਜੀ ਸਿੰਘਾਂ ਨੇ। ਗੁਰੂ ਪਿਆਰਿਓ ਉਹ ਸਰਦਾਰ ਪਿਆਰਾ ਸਿੰਘ ਜੀ ਅੰਮ੍ਰਿਤ ਵੇਲੇ ਉੱਠਣਾ, ਰੋਜ਼ 2:30 ਵਜੇ ਉੱਠਣਾ, ਉੱਠ ਕੇ ਇਸ਼ਨਾਨ ਕਰਕੇ ਨਿਤਨੇਮ ਕਰਨਾ, ਗੁਰਦੁਆਰਾ ਸਾਹਿਬ ਵੀ ਆਉਣਾ, ਔਰ ਪੂਰਨਮਾਸੀ ਤੇ ਬਾਬਾ ਗੁਰੂ ਜੀ ਬੈਠੇ ਹਨ, ਔਰ ਪੂਰਨਮਾਸੀ ਤੇ ਜੋ ਟੈਦੀ ਸਾਹਿਬ ਵੀ ਜਾਣਾ, ਔਰ ਮੱਸਿਆ ਤੇ ਬਤਨੀ ਕਲਾਂ ਜਾ ਕੇ ਬਾਬਾ ਜੀ ਖੁਸ਼ੀਆਂ ਪ੍ਰਾਪਤ ਹੋਈਆਂ। ਪਿਆਰਾਂ ਦਾ ਕੋਈ ਸਤਨਾਮ ਸ੍ਰੀ ਗੁਰਮੁਖ ਸਮੇਂ ਬਾਬਾ ਜੀ ਦੇ ਪਿਤਾ ਜੀ, ਬਾਬਾ ਜੀ ਦੇ ਦਾਦਾ ਜੀ, ਜਦੋਂ ਬਾਬਾ ਅਨੰਦ ਸਿੰਘ ਮਹਾਰਾਜ ਦੇ ਪਾਸ ਗਏ ਔਰ ਜਾ ਕੇ ਗੁਰਮੁਖ ਦਾ ਜੀਵਨ ਬਤੀਤ ਹੋ ਗਿਆ, ਫਿਰ ਕੀਰਤਨ ਸੁਣਾਉਣ ਵਾਲੇ ਤੁਹਾਡੇ ਬਜਾਉਣ ਦੇ ਪਿਆਰਾਂ ਦਾ ਕੋਈ ਸਤਨਾਮ ਸ੍ਰੀ ਵਾਹ। ਅੱਜ ਆਪਾਂ ਦੇਖਦੇ ਹਾਂ ਬਾਬਾ ਜੀ ਦੇ ਦਾਦਾ ਜੀ ਪਿਤਾ ਜੀ ਨੇ ਕੀਰਤਨ ਕੀਤਾ, ਨੰਦ ਕਾਰਜ ਕਰਨੇ ਪਿੰਡ ਦੇ ਵਿੱਚ, ਨੰਦ ਕਾਰਜ ਕਰਨੇ ਪੁਰਬਾਂ ਤੇ ਜਾਣਾ, ਸਹਿਜ ਪਾਠਾਂ ਦੇ ਪੁਰਬਾਂ ਤੇ ਜਾਣਾ, ਗੱਲ ਕਰਨਾ ਕਿ ਚਲੋ ਖਾ ਪੀ ਕੇ ਚੱਲਦੇ ਹਾਂ, ਗੁਰਮੁਖ ਪਿਆਰ ਰੋਟੀ ਵੀ ਨਹੀਂ ਖਾਣੀ, ਕਈ ਵਾਰ ਚਾਹ ਦੁੱਧ ਵੀ ਨਹੀਂ ਪੀਣਾ, ਕੀਰਤਨ ਕਰਕੇ ਉੱਠ ਜਾਣਾ। ਗੁਰਮੁਖ ਪਿਆਰ ਅੱਜ ਉਹ ਆਪਣੇ ਸਾਹਮਣੇ ਰੰਗ ਭਾਗ ਲੱਗੇ ਹਨ, ਜੇ ਮੁਕਤੀ ਕੀਰਤਨ ਕੀਤਾ ਤਾਂ ਅਸੀਂ ਸਾਰੇ ਜਨਮਾਂ 'ਚ ਕੀਰਤਨ ਸੁਣਾਉਣ ਵਾਲੇ ਬੈਠੇ ਹਾਂ। ਪਿਆਰਾਂ ਨਾਲ ਕੋਈ ਸਤਨਾਮ ਸ੍ਰੀ ਵਾਹ। ਉਹ ਸਰਦਾਰ ਪਿਆਰਾ ਸਿੰਘ ਜੀ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਉੱਠਣਾ, ਆਹ ਹੁਣੇ ਦੱਸ ਰਹੇ ਸਨ ਭਾਈ ਸਾਹਿਬ ਜੀ, ਕਹਿਣ ਲੱਗੇ ਕਿ ਇਹ ਸਰੀਰ ਛੱਡਣ ਤੋਂ 2 ਦਿਨ ਪਹਿਲਾਂ, ਉਸ ਤੋਂ ਵੀ ਪਹਿਲੋਂ ਉੱਠੇ ਔਰ ਉੱਠ ਕੇ ਇਸ਼ਨਾਨ ਕਰਨਾ, ਫਿਰ ਨਿਤਨੇਮ ਕਰਨਾ। ਜਿੱਦਣ ਸਰੀਰ ਛੱਡਿਆ ਪਹਿਲੋਂ 1:30 ਵਜੇ ਉੱਠ ਪਏ ਗੁਰਮੁਖ ਪਿਆਰ, ਉੱਠ ਕੇ ਇਸ਼ਨਾਨ ਕੀਤਾ, ਨਿਤਨੇਮ ਸਾਰਾ ਆਪਣਾ ਨਿਤਨੇਮ ਕੀਤਾ, 4 ਵਜੇ ਦਾ ਅਲਾਰਮ ਲਾਇਆ ਪਰ ਅਲਾਰਮ ਵੱਜਦਾ ਹੀ ਰਹਿ ਗਿਆ। ਪਿਆਰ ਨੂੰ ਲੱਗ ਕੇ ਸਤਨਾਮ ਸ੍ਰੀ ਵਾਹ। ਅਲਾਰਮ ਵੱਜਦਾ ਹੀ ਰਹਿ ਗਿਆ, ਪਰਿਵਾਰ ਭਰ ਦੇ ਮੈਂਬਰ ਔਰ ਗੁਰਮੁਖ ਪਿਆਰਿਓ ਉਹਨਾਂ ਨੇ ਸੁਣਿਆ ਕਿ ਅੱਜ ਪਿਆਰਾ ਸਿੰਘ ਜੀ ਉੱਠੇ ਨਹੀਂ, ਅਲਾਰਮ ਵੱਜਦਾ ਹੈ। ਗੁਰਮੁਖ ਪਿਆਰ ਜੋ ਦੇਖਿਆ ਬਸ ਫਿਰ ਗੁਰਮੁਖ ਪਿਆਰ, ਜਿਹੜੇ ਗੁਰਸਿੱਖ ਗੁਰਮੁਖ ਪਿਆਰੇ ਨਿਤਨੇਮ ਕਰਕੇ ਸਰੀਰ ਛੱਡਦੇ, ਮਿੱਟੇ ਮਿੱਟੇ ਬਚਨ ਸੁਣਦੇ ਰਹਿਣਾ, ਪਿਆਰ ਨੂੰ ਲੱਗ ਕੇ ਸਤਨਾਮ ਸ੍ਰੀ ਵਾਹ। ਉਹ ਸਰਦਾਰ ਪਿਆਰਾ ਸਿੰਘ ਜੀ ਜਿਹਨਾਂ ਦਾ ਮਹਾਂਪੁਰਖਾਂ ਵਰਗਾ ਜੀਵਨ ਔਰ ਮਹਾਂਪੁਰਖਾਂ ਵਾਂਗੂ ਪਤਾ ਤਾਂ ਉਦੋਂ ਹੀ ਲੱਗਦਾ ਹੈ ਗੁਰਮੁਖ ਪਿਆਰ ਜਦੋਂ ਅੰਤ ਸਮਾਂ ਆਉਂਦਾ ਹੈ। ਜਿਵੇਂ ਗੁਰੂ ਅਮਰਦਾਸ ਮਹਾਰਾਜ ਜੀ ਦਾ ਬਚਨ ਹੈ, ਕਿਆ ਜਾਣਨਾ ਕਿਉਂ ਮਰੇਂਗੇ, ਕੈਸਾ ਮਰਨਾ ਹੋਵੇ, ਜੇਕਰ ਸਹਿ ਮਰਨਾ ਵਿਸਰੈ, ਸਹਿਲਾ ਮਰਨਾ ਹੋਵੇ। ਕਹਿਣ ਲੱਗੇ ਜੇ ਤੂੰ ਨਿਤਨੇਮ ਕਰੇਂਗਾ ਤੇਰਾ ਸੌਖਾ ਮਰਨਾ ਹੋਵੇਗਾ, ਇਹ ਨਹੀਂ ਤੈਨੂੰ ਪਤਾ ਵੀ ਕਦੋਂ ਮਰਨਾ,
ਕਿੱਥੇ ਮਰਨਾ ਤੇ ਕਿਵੇਂ ਮਰਨਾ ਪਿਆਰਾ ਲੱਗਦਾ ਸਤਨਾਮ ਸ੍ਰੀ ਮਹਾਰਾਜ ਮਰਨ ਤੇ ਲੱਗਦਾ ਹੈ ਅੰਤ ਸਮੇਂ ਤੇ ਪਤਾ ਲੱਗਦਾ ਹੈ ਜਦੋਂ ਕੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਹੁਤ ਸਾਹਿਬ ਪਹੁੰਚਦੀ ਦੀ ਚੌਕੀ ਸਾਹਿਬ ਜੀ ਦਾ ਪਾਠ ਉਚਾਰਨ ਕੀਤਾ ਹੈ ਉਹ ਦਰਿਆ ਦੇ ਕਿਨਾਰੇ ਤੇ ਬੈਠੇ ਗੁਰੂ ਜੀ ਆਪ ਨਿਰੰਕਾਰ ਉਸ ਨਿਰੰਕਾਰ ਦੇ ਨਾਲ ਜੁੜ ਬੈਠੇ ਹਨ ਸਾਹਮਣੇ ਕੀ ਦੱਸਿਆ ਉਹ ਕਰਤਾਰ ਦਾ ਕੁਦਰਤ ਦਾ ਨਜ਼ਾਰਾ ਤੱਕ ਰਹੇ ਹਨ ਸਾਹਮਣੇ ਇੱਕ ਹਿਰਨ ਆਇਆ ਹਿਰਨ ਪਾਣੀ ਪੀਣ ਲੱਗਾ ਗੁਰੂ ਪਿਆਰਿਓ ਥੱਲਿਓ ਮੱਛੀ ਆਈ ਮੱਛੀ ਉਹ ਹਿਰਨ ਦੇ ਸਾਹਮਣੇ ਫੱਗ ਗਈ ਪਿਛਲਾ ਹਿੱਸਾ ਤੜਫਣ ਲੱਗ ਪਿਆ ਉਪਰੋਂ ਬਾਜ ਆਇਆ ਬਾਜ ਨੇ ਜਪਟ ਮਾਰੀ ਨਿਸ਼ਾਨਾ ਗਲਤ ਹੋ ਗਿਆ ਗੁਰੂ ਪਿਆਰਿਓ ਨਿਸ਼ਾਨਾ ਗਲਤ ਹੋਇਆ ਸਿੰਘ ਵਿੱਚ ਫਸ ਗਿਆ ਬਣਾਏ ਤਿੰਨਾਂ ਦੀ ਇੱਕ ਥਾਂ ਤੇ ਮੌਤ ਹੋ ਗਈ ਪਿਆਰੋ ਦਾ ਗੁਰ ਸਤਨਾਮ ਸ੍ਰੀ ਮਹਾਰਾਜ ਜਿਵੇਂ ਭਗਤ ਪ੍ਰੇਮ ਜੀ ਦਾ ਪਵਿੱਤਰ ਰਤਨ ਹੈ ਦਰਿਆ ਵੇ ਕੰਨੇ ਬਗਲਾ ਮਿੱਠਾ ਤੇਲ ਕਰੇ ਕਰੋਲਾ ਕਰ ਰਿਹਾ ਹੈ ਇਸੇ ਤਰ੍ਹਾਂ ਮਨੁੱਖ ਆਪਣੇ ਬੱਚਿਆਂ ਦੇ ਨਾਲ ਤੀਨਾਂ ਪੁੱਤਾਂ ਨਾਲ ਕਰੋਲਾ ਕਰਦਾ ਹੈ ਅਸੀਂ ਇੱਕ ਸਮੇਂ ਮਾਲਿਆ ਨੂੰ ਜਾ ਰਹੇ ਸਾਂ ਸਾਹਮਣੇ ਕੀ ਟੱਕਿਆ ਨੇੜੇ ਮਾਲਾ ਕਲਾਮ ਦੇ ਬਾਗਾ ਪ੍ਰਾਣ ਕਰਕੇ ਜਾ ਕੇ ਦੋ ਟਰੱਕ ਆਪਸ ਵਿੱਚ ਟਕਰਾ ਗਏ ਦੋਨਾਂ ਡਰਾਈਵਰਾਂ ਦੀ ਥਾਂ ਤੇ ਮੌਤ ਹੋ ਗਈ ਸਤਨਾਮ ਸ੍ਰੀ ਮਹਾਰਾਜ ਪਰ ਦੋਨੋਂ ਹੀ ਡਰਾਈਵਰ ਆਪਣੇ ਬੱਚਿਆਂ ਦੇ ਨਾਲ ਔਰ ਬੱਚਿਆਂ ਦੇ ਨਾਲ ਰੋਲਾ ਕਰਦੇ ਆਏ ਹੋਣਗੇ ਆਪਣੀ ਘਰਵਾਲੀ ਨੇ ਕਿਹਾ ਵੀ ਹੋਵੇਗਾ ਪਤੀ ਪਰਮੇਸ਼ਵਰ ਸ਼ਾਮ ਨੂੰ ਆਉਂਗੇ ਮੇਰੇ ਵਾਸਤੇ ਆਹ ਲੈ ਕੇ ਆਉਣਾ ਮੇਰੇ ਵਾਸਤੇ ਆਹ ਲੈ ਕੇ ਆਉਣਾ ਇੱਧਰੋਂ ਨਿਹਾਲ ਸਿੰਘ ਵਾਲੇ ਤੋਂ ਟਰੱਕ ਚੱਲਿਆ ਉੱਧਰੋਂ ਫਰੀਦਕੋਟ ਤੋਂ ਟਰੱਕ ਚੱਲਿਆ ਗੁਰੂ ਪਿਆਰਿਓ ਪਰ ਉਹਨਾਂ ਦੋਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਰਸਤੇ ਵਿੱਚ ਹੀ ਮਰ ਜਾਣਾ ਹੈ ਪਿਆਰਾਂ ਦਾ ਗੁਰ ਸਤਨਾਮ ਸ੍ਰੀ ਮਹਾਰਾਜ ਗੁਰੂ ਜੀ ਬਚਨ ਫਰਮਾਉਂਦੇ ਹਨ ਚਾਹ ਜਾਣਾ ਕਿਉਂ ਮਰੇਂਗੇ ਐਸਾ ਮਰਨਾ ਹੋਏ ਜੇ ਦਰਸਨ ਮਨੋਂ ਨਾ ਵਿਸਰੇ ਕੰਸਨ ਦਾ ਮਰਨਾ ਹੋਏ ਸਰਦਾਰ ਪਿਆਰਾ ਸਿੰਘ ਸੁਬੇਦਾਰ ਸਾਹਿਬ ਜਿਨ੍ਹਾਂ ਦਾ ਬੜਾ ਵਧੀਆ ਜੀਵਨ ਗੁਰੂ ਪਿਆਰੋ ਮਹਾਂਪੁਰਖਾਂ ਤੋਂ ਖੁਸ਼ੀਆਂ ਲਈਆਂ ਗੁਰੂ ਨਾਨਕ ਸਾਹਿਬ ਤੋਂ ਖੁਸ਼ੀਆਂ ਲਈਆਂ ਸਹਿਜ ਪਾਠ ਕੀਤੀ ਗੁਰਦੁਆਰਾ ਸਾਹਿਬ ਸਹਿਜ ਪਾਠ ਕਰਨਾ ਦੋਨੇ ਭਾਈ ਸਾਹਿਬ ਜੀ ਦੱਸ ਰਹੇ ਸਨ ਤਾਂ ਥੋੜ੍ਹੇ ਜਿਹੇ ਅੰਗ ਰਹਿ ਗਏ ਔਰ ਗੁਰਮੁਖ ਪਿਆਰੋ ਸਹਿਜ ਪਾਠ ਇਹ ਨਹੀਂ ਕਿ ਆਪਣੇ ਭਲੇ ਵਾਸਤੇ ਸਰਬੱਤ ਦੇ ਭਲੇ ਵਾਸਤੇ ਸਹਿਜ ਪਾਠ ਕਰਨਾ ਗੁਰਮੁਖ ਪਿਆਰੋ ਔਰ ਸਰਬੱਤ ਦਾ ਭਲਾ ਸੋਚਣ ਵਾਸਤੇ ਜ਼ਿੰਦਗੀ ਇੱਕ ਗੁਲਾਬ ਦਾ ਬੂਟਾ ਹੈ ਕਿਸੇ ਦੇ ਇਸਦੇ ਫੁੱਲ ਆ ਗਿਆ ਕਿਸੇ ਦੇ ਇਸਦੇ ਪੰਡੇ ਆ ਗਏ ਸਰਦਾਰ ਪਿਆਰਾ ਸਿੰਘ ਜੀ ਉਹਨਾਂ ਦੇ ਇਸਦੇ ਗੁਲਾਬ ਦਾ ਫੁੱਲ ਆ ਗਿਆ ਪਿਆਰਾਂ ਦਾ ਗੁਰ ਸਤਨਾਮ ਜੀ ਮਹਾਂਪੁਰਖਾਂ ਵਾਲਾ ਜੀਵਨ ਆਪਾਂ ਨੂੰ ਸਾਰਨ ਸਿੱਧ ਲੈਣੀ ਚਾਹੀਦੀ ਹੈ ਜਿਵੇਂ ਇਹ ਜੀਵਨ ਬਤੀਤ ਕਰ ਗਏ ਗੁਰੂ ਪਿਆਰਿਓ ਇਸੇ ਤਰ੍ਹਾਂ ਆਪਣਾ ਵੀ ਫਰਜ਼ ਬਣਦਾ ਹੈ ਜੀਵਨ ਬਤੀਤ ਕਰਨ ਦਾ ਔਰ ਜਿੰਨਾ ਸਮਾਂ ਦਰਸ਼ਨ ਦਿੱਤਾ ਸਮਾਂ ਸਮਾਪਤ ਹੈ ਪੰਜ ਮਿੰਟ ਬਾਕੀ ਹਨ ਨੰਦ ਸਾਹਿਬ ਜੀ ਦਾ ਪਾਠ ਪੂਰੇ ਡੇਢ ਵਜੇ ਸਾਰੀ ਸਮਾਪਤੀ ਹੈ ਆਓ ਪਿਆਰ ਸਰਦਾਰ ਬਿਨੰਦ ਪੀਏ ਜੀ ਨੂੰ ਇੱਕ ਵਾਰ ਧਾਰਨ ਦਾ ਕੀਰਤਨ ਦਾ ਨੰਦ ਸਾਹਿਬ ਜੀ ਦਾ ਪਾਠ ਆ
ਸਰਕਾਰ ਸਾਹਿਬ
ਕੇ सही सलामत
ਹੋਈ ਹੈ
ਜਿਵੇਂ ਸਭ ਤੋਂ ਸੜ ਜਾਂਦਾ ਤਾਂ ਉਹ ਸਰੀਰ ਨੂੰ ਸੜ ਜਾਣਾ ਕਿ ਬਹੁਤ ਚੰਗੇ ਕੰਮ ਸੀ ਉਸ ਫਰਕ ਚਲੇ ਗਏ। ਪਰ ਕਿਉਂਕਿ ਇੱਥੇ ਦੇ ਪਰਿਵਾਰ ਦੇ ਵਿੱਚ ਬੜੀ ਸਰਕਾਰ ਪਸੰਦ ਸਾਰਾ ਪਰਿਵਾਰ ਇਹਨਾਂ ਦੀ ਸੇਵਾ ਕਰਦਾ ਸੀ, ਪਰਿਵਾਰ ਨੂੰ ਵੀ ਇਹਨਾਂ ਦੀ ਲੋੜ ਸੀ। ਇਸੇ ਤਰ੍ਹਾਂ ਨਗਰ ਵਿੱਚ ਵੀ ਬਹੁਤ ਸਰਕਾਰ ਸਨ, ਸਾਰਾ ਨਗਰ ਵੀ ਇਹਨਾਂ ਦੀ ਸਰਕਾਰ ਨਹੀਂ ਤਾਂ ਹੁੰਦਾ ਕਈਆਂ ਨੂੰ ਨਗਰ ਵਿੱਚ ਕੋਈ ਸਰਕਾਰ ਹੈ ਘਰ ਦੇ ਵੀ ਸਰਕਾਰ ਕਰਦੇ, ਜਿਹਦਾ ਘਰੇ ਸਰਕਾਰ ਹੈ ਨਗਰ ਵਿੱਚ ਨਹੀਂ। ਪਰ ਜੇ ਨਾਲ ਦੋਨੇ ਪੱਖ 'ਤੇ ਘਰੋਂ ਵੀ ਪੂਰਾ ਸਰਕਾਰ ਸੀ ਅਤੇ ਨਗਰ ਵਿੱਚ ਵੀ ਬਹੁਤ ਸਰਕਾਰ ਸੀ। ਉਹਦਾ ਕਾਰਨ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜੇ ਹੋਏ ਸੀ, ਸਹਿਜ ਪਾਠ ਜ਼ਿਆਦਾ ਕਰਦੇ ਹੁੰਦੇ ਸਨ, ਘਰੇ ਵੀ ਕਰੀ ਜਾਣਾ ਪੋਥੀਆਂ ਤੋਂ ਵੀ ਜਾਂ ਹੋਰ ਇਤਿਹਾਸ ਵੀ ਪੜ੍ਹਨਾ, ਪਰ ਗੁਰੂ ਘਰ ਦੇ ਵਿੱਚ ਕਿਉਂਕਿ ਗੁਰੂ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ, ਨਿਤਨੇਮ ਤੋਂ ਬਾਅਦ ਇਹਨਾਂ ਨੇ ਆ ਕੇ ਸਹਿਜ ਪਾਠ 'ਤੇ ਸਮਾਂ ਲਾਉਣਾ। ਅਤੇ ਇੱਕ ਬੜੀ ਜਿਹੜੀ ਮੈਨੂੰ ਇੱਕ ਸਮੇਂ ਬੜੀ ਹੈਰਾਨੀ ਹੋਈ ਕਿ ਸਹਿਜ ਪਾਠ ਕਰ ਰਹੇ ਸੀ, ਭੋਗ ਪੈਣ ਵਾਲਾ ਸੀ, ਮੈਨੂੰ ਆਵਾਜ਼ ਮਾਰਦੀ ਵੀ ਉਰੇ ਆ ਮੇਰੇ ਕੋਈ ਅਵਸਰ ਨਾ ਹਾਂਜੀ, ਕਹਿੰਦੇ ਵੀ ਕੱਲ੍ਹ ਨੂੰ ਤੁਸੀਂ ਲੇਟ ਕਰਾ ਲਿਓ। ਮੈਂ ਜੀ ਕਾਹਦੀ, ਵੈਸੇ ਹੁਣ ਤਾਂ ਉਦੋਂ ਸਾਰੇ ਦੇਖ ਸਵੇਰ ਵੇਲੇ ਅੰਮ੍ਰਿਤ ਵੇਲੇ ਹੁੰਦੀ ਹੈ, ਰੋਜ਼ ਕੋਈ ਨਾ ਕੋਈ ਪਰਿਵਾਰ। ਮੈਂ ਜੀ ਕਹਿੰਦੇ ਮੈਂ ਤੁਹਾਡੇ ਪਰਿਵਾਰ ਦੇ ਭਲੇ ਵਾਸਤੇ ਸਹਿਜ ਪਾਠ ਕੀਤਾ। ਮੈਂ ਉਸ ਸਮੇਂ ਹੈਰਾਨ ਹੋਇਆ, ਮੇਰੇ ਅੰਦਰੋਂ ਬੜਾ ਸਤਿਕਾਰ ਇਹਨਾਂ ਪ੍ਰਤੀ ਪੈਦਾ ਹੋਇਆ ਵੀ ਸਭ ਤੋਂ ਆਪਦੇ ਭਲੇ ਲਈ ਪਾਠ ਨਹੀਂ ਹੋ ਰਿਹਾ, ਇਹ ਲੋਕਾਂ ਦੇ ਭਲੇ ਲਈ ਸਹਿਜ ਪਾਠ ਕਰ ਰਹੇ ਆ। ਉਹ ਕਾਰਨ ਕੀ ਮੈਂ ਵੀ ਤੁਸੀਂ ਇਹ ਕਹਿੰਦੇ ਮੈਂ ਉਹੀ ਕਰਦਾ ਮੈਂ ਕਿ ਜਿਹੜਾ ਆਪਣਾ ਕੋਈ ਜਦੋਂ ਪਰਿਵਾਰ ਜਿੱਥੇ ਬਹੁਤਾ ਤਿਉਹ ਦਾ ਹੁੰਦਾ ਵੀ ਅੱਜ ਵਿਆਹ ਜਿਹੜਾ ਪਾਠ ਹੈ ਪੁਰਾਣੇ ਪਰਿਵਾਰ ਦੇ ਭਲੇ ਵਾਸਤੇ, ਆਹ ਪਾਠ ਪੁਰਾਣੇ ਪਰਿਵਾਰ ਦੇ ਭਲੇ ਵਾਸਤੇ। ਇਸ ਤਰ੍ਹਾਂ ਜੇ ਸਾਡੇ ਵਾਸਤੇ ਕੀਤਾ ਤਾਂ ਹੋਰਾਂ ਵਾਸਤੇ ਵੀ ਕਰਦੇ, ਫਿਰ ਕੋਈ ਹੁਣ ਨਾ ਉਹਨਾਂ ਦਾ ਸਵੱਥ ਦਾ ਭਲਾ ਉੱਚੀ ਕਾਪੀ ਦੇ ਲਿਖ ਜਿਹੜਾ ਸਵੱਥ ਦੇ ਭਲੇ ਦੀ ਚਾਹੀਦੀ। ਬਹੁਤ ਬਾਣੀ ਪੜ੍ਹੀ, ਉਹ ਬਾਣੀ ਇਹਨਾਂ ਦੀ ਭਗਤੀ ਬਣੀ ਅਤੇ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਗੁਰਮੁਖ ਜਨ ਸਵਾਦ ਦਰਗਾਹ ਚੱਲਿਆ, ਸੱਚੀ ਦਰਗਾਹ ਜਾਏ ਸੱਚਾ ਫਿਰ ਮੰਨਿਆ। ਆਪਾਂ ਵੀ ਜੇ ਇਸ ਤਰ੍ਹਾਂ ਦੀਆਂ ਗੁਣਾਂ ਤੋਂ ਪ੍ਰੇਰਨਾ ਲੈ ਕੇ ਬਾਣੀ ਪੜ੍ਹਾਂਗੇ, ਸਿਮਰਨ ਕਰਾਂਗੇ, ਆਪਣਾ ਵੀ ਭਲਾ ਹੋਊਗਾ, ਆਪਣਾ ਵੀ ਜੀਵਨ ਚੰਗਾ ਹੋਊ, ਆਪਣੇ ਜੀਵਨ ਵਿੱਚ ਵੀ ਮਹਿਕ ਆਊ। ਬਾਬਾ ਸਤਪਾਲ ਸਿੰਘ ਜੀ ਨੇ ਜੋ ਚਿੜੀ ਦੀ ਸਾਖੀ ਸੁਣਾਈ ਸੀ ਕਿ ਤੇਰੀ ਚੁੰਨੀ ਵਿੱਚ ਕਿੰਨਾ ਕੁ ਪਾਣੀ ਪੈਂਦਾ, ਤੂੰ ਕਿੰਨੀ ਅੱਗ ਬੁਝਾ ਦੇਂਗੇ, ਉਹ ਕਹਿੰਦੀ ਅੱਗ ਉਹਦੇ ਨਾ ਬੁਝੇ ਦੇ ਨਾਲ ਕੋਈ ਤਾਲੁਕਾਤ ਨਹੀਂ, ਪਰ ਮੈਂ ਅੱਗ ਬੁਝਾਉਣ ਵਾਲਿਆਂ ਦੇ ਵਿੱਚ ਹਾਜ਼ਰੀ ਭਰਵਾ ਦੂੰ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਮੇਂ ਇੱਕ ਲਾਲਾ ਨਾਮ ਦਾ ਗੁਰਸਿੱਖ ਹੋਇਆ, ਆਪਾਂ ਸ਼ਹੀਦਾਂ ਦੇ ਸਰਤਾਜ ਪਹਿਲੇ ਪਾਤਸ਼ਾਹ ਮਹਾਰਾਜ ਨੂੰ ਇਹ ਇਤਿਹਾਸ ਨੇ ਮੰਨਿਆ, ਕੌਮ ਨੇ ਮੰਨਿਆ। ਉਸ ਤੋਂ ਪਹਿਲਾਂ ਜਿਹੜੀਆਂ ਸ਼ਹੀਦੀਆਂ ਨੇ ਤਾਂ ਰੂਪ ਰੇਖਾ ਕੋਈ ਬਹੁਤੇ ਸ਼ਹੀਦਾਂ ਦਾ ਨਾਂ ਨਹੀਂ ਆਉਂਦਾ, ਭਾਈ ਤਾਂਦੇ ਦਾ ਆਉਂਦਾ। ਜਦੋਂ ਲਾਹੌਰ ਦੇ ਵਿੱਚ ਬਾਬਰ ਆਇਆ ਉਹਨੇ ਅੱਗ ਲਾ ਦਿੱਤੀ ਸੀ, ਤਾਂ ਭਾਈ ਤਾਂਦਾ ਪਾਣੀ ਦੀਆਂ ਬਾਲਟੀਆਂ ਭਰ ਭਰ ਕੇ ਪਾਉਣ ਲੱਗਿਆ। ਮੁਗਲ ਸਿਪਾਹੀ ਕਹਿਣ ਲੱਗੇ ਕੋਈ ਗੁਰੂ ਕਿਆ ਸਿੱਖਾ ਜਾਂ ਕਰਜਾ ਤੇਰਾ, ਇੱਥੇ ਇੰਨੀ ਅੱਗ ਲੱਗੇ ਬਾਲਟੀ ਪਾਣੀ ਦੀ ਕੀ ਕਰੂਗੀ। ਉਹਨੇ ਕਿਹਾ ਸੀ ਕਿ ਮੇਰੇ ਗੁਰੂ ਨਾਨਕ ਨੇ ਮੈਨੂੰ ਅੱਗ ਬੁਝਾਉਣ ਵਾਸਤੇ ਸੇਵਾ ਲਾਈ ਹੈ, ਬੁਝੇ ਨਾ ਬੁਝੇ ਮੈਂ ਆਪਣੇ ਗੁਰੂ ਦੀ ਸਿੱਖਿਆ ਮੁਤਾਬਕ ਡਿਊਟੀ ਲੈਣੀ ਹੈ। ਤਾਂ ਮੁਗਲ ਸਿਪਾਹੀਆਂ ਨੇ ਚੁੱਕ ਕੇ ਮੱਝ ਦੀ ਅੱਗ ਵਿੱਚ ਸੁੱਟ ਦਿੱਤਾ ਸੀ, ਉਹਨੂੰ ਵੀ ਇਤਿਹਾਸ ਵਿੱਚ ਸ਼ਹੀਦ ਕਿਹਾ ਗਿਆ। ਸਾਓ ਬਹੁਤ ਹੀ ਸਰਕਾਰ ਨੂੰ ਆਨੰਦ ਈਸ਼ਵਰ ਦਰਬਾਰ ਪਦਨੀ ਗ੍ਰੰਥ ਜਿੰਨੇ ਵੀ ਗੁਰਮੁਖ ਪਿਆਰੇ ਪਹੁੰਚੇ ਹਨ, ਧੈਰੀ ਤੋਂ ਬਾਬਾ ਜਗਨ ਸਿੰਘ ਜੀ, ਪਦਨੀ ਗ੍ਰੰਥ ਬਾਬਾ ਸਤਪਾਲ ਸਿੰਘ ਜੀ, ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਅਤੇ ਨਾਲ ਹੀ ਉਹ ਤਿੰਨ ਬੁਲਾਰੇ ਆ, ਕੋਈ ਜ਼ਿਆਦਾ ਸਮਾਂ ਨਹੀਂ, ਉਹਨਾਂ ਦਾ ਮੈਂ ਆਪ ਜੀ ਦੇ ਸਾਹਮਣੇ ਬੇਨਤੀਆਂ ਕਰਾਂਗਾ। ਉਹ ਪਹਿਲਾਂ ਪਾਸਟਵੇ ਚੈਨਲ ਜਗਰਾਉਂ ਰੋਸ਼ਨ ਦਾ, ਜਗਰਾਉਂ ਅਤੇ ਬੀਬੀ ਰਾਜਵੀਰ ਕੌਰ ਜਗਰਾਉਂ, ਉਹਨਾਂ ਦਾ ਵੀ ਧੰਨਵਾਦ ਕੀਤਾ ਜਾਂਦਾ। ਜਗਬਾਣੀ ਦੇ ਪੱਤਰਕਾਰ ਸੁਨੀਲ ਕੁਮਾਰ ਭੁੱਲਾ ਜੀ, ਉਹਨਾਂ ਦਾ ਵੀ ਧੰਨਵਾਦ ਕੀਤਾ ਜਾਂਦਾ। ਕੁਝ ਫੌਜ ਵਿੱਚੋਂ ਨੌਕਰੀ ਕਰਕੇ ਆਏ ਜਾਂ ਕਰ ਰਹੇ ਸੱਜਣ ਜਿਹੜੇ ਪਹੁੰਚੇ ਹਨ, ਪਰ ਸਮਾਂ ਜਿਹੜਾ ਹੈ ਉਹ ਕਾਫੀ ਹੋ ਗਿਆ, ਇਸ ਕਰਕੇ ਟਾਈਮ ਨਾ ਵੀ ਦਿੱਤਾ ਜਾਂਦਾ। ਧੰਨਵਾਦ ਕਰਦੇ ਹਾਂ ਕੈਪਟਨ ਅਮਰ ਸਿੰਘ ਜੀ ਭੁੱਲਣ, ਸੂਬੇਦਾਰ ਸਰਦਾਰ ਅਜੀਤ ਸਿੰਘ ਜੀ ਦੱਸੀਆਂ, ਸੂਬੇਦਾਰ ਸਰਦਾਰ ਭਜਨ ਸਿੰਘ ਜੀ ਕੋਕਰੀ ਕਲਾਂ, ਸੂਬੇਦਾਰ ਸਰਦਾਰ ਪ੍ਰਤਾਪ ਸਿੰਘ ਜੀ ਕੋਕਰੀ ਕਲਾਂ, ਸੂਬੇਦਾਰ ਸਰਦਾਰ ਹਾਕੂ ਸਿੰਘ ਜੀ ਕੋਕਰੀ ਕਲਾਂ, ਸੂਬੇਦਾਰ ਸਰਦਾਰ ਹਾਕੂ ਸਿੰਘ ਜੀ ਦਾ ਪਿੰਡ ਨਹੀਂ ਹੈ ਭੇਜਿਆ, ਸੂਬੇਦਾਰ ਸਰਦਾਰ ਕਰਮੀਤ ਸਿੰਘ ਜੀ ਕੋਕਰੀ ਕਲਾਂ, ਸੂਬੇਦਾਰ ਸਰਦਾਰ ਸੋਭਾ ਸਿੰਘ ਜੀ ਕੋਟੀ ਸਿੰਘਾਂ, ਇਹਨਾਂ ਸਾਰੇ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ। ਅਤੇ ਹੁਣ ਮੈਂ ਬੇਨਤੀ ਕਰਾਂਗਾ
ਬੁਲਾਰਿਆਂ ਨੂੰ ਸਭ ਤੋਂ ਪਹਿਲਾਂ ਸਰਦਾਰ ਬਾਬੂ ਸਿੰਘ ਜੀ, ਉਹ 2 ਮਿੰਟ ਸੰਗਤਾਂ ਨਾਲ ਵਿਚਾਰ ਸਾਂਝੇ ਕਰਨਗੇ ਸਰਦਾਰ ਕਰਮ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਪਿਆਰਾ ਸਿੰਘ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਸਾਬਕ ਮੁੱਖ ਸੇਵਾਦਾਰ ਪ੍ਰਧਾਨ ਪਿਆਰਾ ਸਿੰਘ ਜੀ ਦੇ ਅੰਗਮ ਅਰਦਾਸ ਦੇ ਸ਼ਾਮਿਲ ਸਮੂਹ ਸਾਹਿਬ ਸਰਬਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪ੍ਰਧਾਨ ਸਾਹਿਬ ਦੇ ਕੁਝ ਜੋ ਜੀਵਨ ਦੇ ਜ਼ਰੂਰੀ ਗੱਲਾਂ ਹਨ ਉਹ ਤੁਹਾਡੇ ਨਾਲ ਸਾਂਝੀਆਂ ਕਰਦਾ ਹਾਂ। ਸੋ ਮਾਤਾ ਧੰਨ ਕੌਰ ਜੀ, ਪਿਤਾ ਸਰਦਾਰ ਅਰਜਨ ਸਿੰਘ ਦੇ ਘਰ ਪ੍ਰਧਾਨ ਸਾਹਿਬ ਨੇ ਜਨਮ ਲਿਆ ਔਰ ਪੜ੍ਹਾਈ ਕਰਨ ਤੋਂ ਬਾਅਦ ਫੌਜ ਵਿੱਚ ਭਰਤੀ ਹੋਏ। ਫੌਜ ਦੇ ਵਿੱਚ ਬਹੁਤ ਹੀ ਵਧੀਆ ਕਾਰਜਕਾਰੀ ਕਰਨ ਦੇ ਕਾਰਨ ਬਹੁਤ ਜਲਦੀ ਰਸਾਲਦਾਰ ਬਣੇ। ਦੱਸਿਆ ਹੈ ਉਹਨਾਂ ਦੇ ਨਾਲ ਦੇ ਸਾਥੀ ਜੋ ਸਾਡੇ ਫੌਜ ਦੇ ਬਹਾਦਰ ਕੰਮ ਦੇ ਕੰਮ 10 ਤੋਂ 15 ਦੇ ਕਰੀਬ ਨਾਲ ਦੇ ਸਾਥੀ ਆਏ ਸਨ। ਭਾਈ ਵਜੀਰ ਸਿੰਘ ਨੇ ਦੱਸ ਦਿੱਤਾ ਹੈ ਕੈਪਟਨ ਰਵਿੰਦਰ ਕਾਰਨ ਔਰ ਦਫਾਦਾਰ ਹੋਰ ਬਦਲੇ ਪੰਗੇ ਰੰਗਾਂ ਜ਼ਿੰਮੇਵਾਰ ਅਫਸਰ ਸਾਹਿਬਾਨ ਬੈਠੇ ਹਨ। ਸੋ ਅਹਿਮ ਗੱਲ, ਦੋ ਲੜਾਈਆਂ ਲੜੀਆਂ ਇਹਨਾਂ ਨੇ, 65 ਦੀ ਜੰਗ ਔਰ 71 ਦੀ ਜੰਗ। 65 ਦੀ ਜੰਗ ਦੇ ਵਿੱਚ ਪਾਕਿਸਤਾਨ ਦੀ ਫੌਜ ਨੇ 110 ਟੈਂਕ ਲੈ ਕੇ, ਇਹ ਮਿਸ਼ਨ ਸੀ ਉਹਨਾਂ ਦਾ ਕਿ ਅਸੀਂ ਦਿੱਲੀ ਪਹੁੰਚਣਾ ਹੈ। ਸਾਡੀ ਭਾਰਤ ਦੀ ਬਹਾਦਰ ਫੌਜ ਦੇ ਚਿੰਤੇ ਵਿੱਚ ਸਰਦਾਰ ਪਿਆਰਾ ਸਿੰਘ ਔਰ ਢੋਲਣ ਵਾਲੇ ਅਮਰ ਸਿੰਘ ਕੈਪਟਨ ਸਾਹਿਬਾਨ ਸਰਦਾਰ ਹੋਰ ਬਹੁਤ ਸਾਡੇ ਫੌਜੀ ਬਹਾਦਰ ਬੈਠੇ ਹਨ, ਇਹ ਸਾਰੇ ਉਸ ਜੰਗ ਦੇ ਵਿੱਚ ਸ਼ਾਮਲ ਸਨ। ਸੋ ਇਹ ਮਿਸ਼ਨ ਸੀ ਪਾਕਿਸਤਾਨ ਦੀ ਫੌਜ ਦਾ, 110 ਟੈਂਕ ਲੈ ਕੇ ਅਸੀਂ ਦਿੱਲੀ ਠਹਿਰਾਂਗੇ। ਲੇਕਿਨ ਖੇਮਗੰਜ ਦੇ ਮੈਦਾਨ ਦੇ ਵਿੱਚ ਜਲ ਫੌਜਾਂ ਨੇ ਦਾਖਲਾ ਹੋਇਆ, ਉੱਥੇ ਇਹਨਾਂ ਨੇ ਦੱਸਿਆ ਗਿਆ ਕਿ ਪਹਿਲਾਂ 5 ਟੈਂਕ ਇਹਨਾਂ ਦੇ ਹਿਰਾਸਤ ਵਿੱਚ ਗਏ ਔਰ 110 ਟੈਂਕ ਸਾਰੇ ਆਪਣੀ ਫੌਜ ਦੇ ਕਬਜ਼ੇ ਲੈ ਲਏ। ਜੋ ਪਾਕਿਸਤਾਨ ਦੀ ਫੌਜ ਦਾ ਮਿਸ਼ਨ ਸੀ ਉਹ ਫੇਲ ਹੋ ਗਿਆ। ਸੋ ਸਾਡੀ ਬਹਾਦਰ ਫੌਜ ਔਰ ਜਿਹਦੇ ਵਿੱਚ ਕਿ ਸਾਡੇ ਪ੍ਰਧਾਨ ਸਾਹਿਬ ਸ਼ਾਮਲ ਸਨ, ਇਹਨਾਂ ਰੈਂਕ ਦੇ ਸਾਲ ਦਾ ਪ੍ਰਸ਼ਨ ਇਹ ਸੀ ਇਹਨਾਂ ਦੀ ਫੌਜ ਦੀਆਂ ਜੋ ਅਹਿਮ। ਔਰ ਦੂਸਰੇ ਪਾਸੇ ਕਿਰਤ ਗੁਰੂ ਨਾਨਕ ਸਾਹਿਬ ਨੇ ਸਾਨੂੰ ਕਿਰਤ ਕਰੋ, ਨਾਮ ਜਪੋ, ਬਣ ਕੇ ਛਕੋ। ਦੂਸਰੇ ਪਾਸੇ ਸਾਡੀ ਕਿਰਤ ਦੀ ਗੱਲ ਇਹ ਸੀ ਫੌਜ ਦੇ ਵਿੱਚ ਉੱਥੇ ਦੀਆਂ ਸੇਵਾਵਾਂ ਨਿਭਾਉਂਦੇ ਹੋਏ ਇੱਥੇ ਆਮ ਕੀ ਹੁੰਦਾ ਹੈ, ਫੌਜ ਦੇ ਵਿੱਚੋਂ 2 ਮਹੀਨੇ ਦਾ ਛੁੱਟੀ ਮਿਲਦੀ ਹੈ, ਫੌਜੀ ਸੋਚਦਾ ਹੈ ਕਿ ਮੈਂ ਘਰੇ ਜਾ ਕੇ ਆਰਾਮ ਕਰੂੰਗਾ। ਲੇਕਿਨ ਪ੍ਰਧਾਨ ਸਾਹਿਬ ਉਦੋਂ ਆਉਂਦੇ ਹੁੰਦੇ ਸਨ ਜਦ ਕਿ ਸਾਡਾ ਫਸਲ ਜੋ ਕਣਕ ਦੀ ਫਸਲ ਸੀ ਇਹ ਸਭ ਤੋਂ ਵੱਡੀ ਕਿਸਾਨ ਦੀ ਫਸਲ ਹੈ, ਜਿਸ ਨੂੰ ਅੱਜ ਤੋਂ ਪਹਿਲੇ ਸਮੇਂ ਦੇ ਵਿੱਚ ਬਹੁਤ ਸਮਾਂ ਲੱਗਦਾ ਸੀ। ਉਦੋਂ ਫੜੇ ਆਪ ਵਗੈਰਾ ਨਾਲ ਫਸਲਾਂ ਦਾਣੇ ਕੱਢੇ ਜਾਂਦੇ ਸਨ, ਅੱਜ ਤਾਂ ਮਸ਼ੀਨ ਯੁੱਗ ਹੈ, ਬਹੁਤ ਮਿੰਟਾਂ ਬਹੁਤ ਕੁਛ ਹੋ ਜਾਂਦਾ ਹੈ। ਉਸ ਵੇਲੇ ਫੌਜ ਦੇ ਵਿੱਚੋਂ ਛੁੱਟੀ ਲੈ ਕੇ ਸਿੱਧਾ ਮਤਲਬ ਜਿੱਥੇ ਫਸਲ ਬਾਹਰ ਮਤਲਬ ਕਣਕ ਵੱਢਣੀ ਕੱਢਣੀ ਇਸ ਤਰ੍ਹਾਂ ਇਹਨਾਂ ਨੇ ਕਣਕ ਪਾਈ ਹੈ। ਸੋ 2 ਮਹੀਨੇ ਛੁੱਟੀ ਦੇ ਉਹ ਇਸ ਤਰ੍ਹਾਂ ਦੇ ਕਿਰਤ ਕੀਤੀ ਉਹਨਾਂ ਨੇ। ਦੂਸਰਾ ਨਾਮ ਜਪਣਾ, ਜਿਸ ਵੇਲੇ ਬਹੁਤ ਸਤਿਕਾਰਯੋਗ ਸੰਤ ਬਾਬਾ ਜੋਰਾ ਸਿੰਘ ਜੀ ਵਧਣ ਵਾਲੇ ਹਨ, ਇਹਨਾਂ ਦਾ ਸੰਗਤ
ਜਿਹੜਾ ਗ੍ਰੰਥ ਕੀਤਾ ਇਹਨਾਂ ਨੇ ਬਹੁਤ ਹੀ ਜ਼ਿਆਦਾ ਇਹਨਾਂ ਆਮ ਬੰਦੇ ਲਈ ਕਰਨਾ ਬਹੁਤ ਮੁਸ਼ਕਲ ਹੈ। ਅਸੀਂ ਇੱਕ ਵਾਰ ਤੀਰ ਸਾਹਿਬ ਤੱਕ ਗਏ, ਉੱਥੇ ਗੁਰਦਿਆਂ ਬਾਰੇ ਗੱਲ ਦੱਸੀ, ਫਿਰ ਡਾਕਟਰ ਕੀਤੀ, ਉਹ ਕਹਿੰਦੇ ਤੁਸੀਂ ਅੱਜ ਗੁਰੇ ਕਰਦੇ ਹੋ ਕਿ ਕੋਠੀ ਲਾ ਕੇ ਕਰਿਆ ਕਰੋ। ਅਸੀਂ ਆਖਿਆ ਇਸ ਤਰ੍ਹਾਂ ਨਹੀਂ ਹੋ ਸਕਦਾ ਗੁਰੂ ਸਾਹਿਬ ਦੀ ਜ਼ਿੰਦਗੀ ਦੇ ਵਿੱਚ। ਫਿਰ ਉਹ ਸਿਮਰ ਕਹਿੰਦੇ ਇਸ ਬੰਦੇ ਨੂੰ ਥੋੜ੍ਹਾ ਸੰਕੋਚ ਕੇ ਕਰਿਆ ਕਰੋ। ਇਹ ਕਹਿੰਦੇ ਨਹੀਂ, ਜੋ ਸਿਮਰ ਹੈ ਉਹ ਸਿਰ ਤੋਂ ਹੀ ਚੱਲੇਗਾ। ਬਹੁਤ ਸਿਮਰ ਕੀਤਾ ਘਰ ਦੇ ਵਿੱਚ, ਸਾਡੇ ਪਿੰਡ ਦੀ ਚਰਚ ਹੈ, ਸਾਰੇ ਪੰਡ ਪਾਠੀ ਤੋਂ ਨਿਸ਼ਕਾਮ ਸੇਵਾ ਕਰਦੇ ਹਨ ਘਰ ਦੇ ਵਿੱਚ। ਔਰ ਗੁਰਦੁਆਰਾ ਸਾਹਿਬ ਜਿਸ ਤਰ੍ਹਾਂ ਭਾਈ ਦਲੀਪ ਸਿੰਘ ਨੇ ਦੱਸਿਆ ਹੈ, ਤੋ ਇਸ ਤਰੀਕੇ ਨਾਲ ਇਹਨਾਂ ਨੇ ਨਾਮ ਸਮਿਤ ਕੀਤਾ ਹੈ। ਸਭ ਤੋਂ ਵੱਡੀ ਗੱਲ ਜੋ ਗੁਰਦੁਆਰਾ ਸਾਹਿਬ ਦੀ ਸੇਵਾ ਦਿੱਤੀ ਗਈ ਕੱਟਰ ਵੱਲੋਂ, ਕਮ ਸੇ ਕਮ 4000 ਫੁੱਟ ਤਲਾਅ ਪਈ ਹੈ ਗੁਰਦੁਆਰਾ ਸਾਹਿਬ ਦੇ ਵਿੱਚ। ਉਹ ਸਾਰੀ ਸੇਵਾ ਕਾਰ ਕਿਵੇਂ ਚੱਲੀ ਅਗਰ ਤੁਸੀਂ ਜਿਸ ਤਰ੍ਹਾਂ ਦੇਖੋਗੇ, ਤੁਹਾਨੂੰ ਕੋਈ ਮਾਇਆ ਜਿਸ ਤਰ੍ਹਾਂ ਚੱਲੇ ਪੈਗੀ। ਸੁਖਾਰ ਦੀ ਵੀ ਸੇਵਾ ਸ਼ਕਤੀ ਵਜੋਂ ਸੀ ਉਸ ਵੇਲੇ, ਸੋ ਕਾਰ ਸੇਵਾ ਦੇ ਨਾਲ ਇਹ ਸਾਰੀਆਂ ਸੇਵਾਵਾਂ ਅੱਜ ਤੁਸੀਂ ਦੇਖ ਰਹੇ ਨੇ। ਬਹੁਤ ਲਾਭ ਹਾਲ ਬਰਾਂਡੇ ਗੁਰਦੁਆਰਾ ਸਾਹਿਬ ਦੇ ਇਹ 4000 ਫੁੱਟ ਇਹਨਾਂ ਦੇ ਇਸ ਸੇਵਾ ਦੇ ਵਿੱਚ ਪਈ। ਦੂਸਰੀ ਗੱਲ ਹੈ ਜੋ ਚਰਚ ਕੀਤੀ ਉਹਦੇ ਵਿੱਚੋਂ ਸਤਿਸੰਗ ਵੀ ਪਰਿਵਾਰ ਨੇ ਕੱਢਿਆ ਔਰ ਬਹੁਤ ਹੀ ਵਧੀਆ ਜੀਵਨ ਜੋ ਸੀ ਉਹ ਉਪਦੇਸ਼ ਕੀਤਾ ਹੈ। ਸਾਨੂੰ ਸਮਾਜ ਨੂੰ ਬਹੁਤ ਘਾਟਾ ਪਿਆ ਹੈ, ਗੁਰੂ ਮਹਾਰਾਜ ਪ੍ਰਗਟਾਂ ਨੂੰ ਕਿਰਪਾ ਕਰਨ ਪਰਿਵਾਰ ਦੇ ਤੋਂ ਪਰਿਵਾਰ ਦੇ ਸੇਵਾ ਦੇ ਵਿੱਚ ਲੱਗੇ। ਇਹਨਾਂ ਕਹਿੰਦਾ ਹੈ ਜਿਸ ਤਰ੍ਹਾਂ ਗਏ ਹਨ ਸਾਡੇ ਵਿੱਚੋਂ ਅਮਰਤ ਗਏ ਔਰ ਸਿਮਰਨ ਕਰਕੇ ਦਿੱਤੇ ਸਰੀਰ ਨੂੰ, ਇਸ ਤਰ੍ਹਾਂ ਇੱਕ ਮੌਤ ਨੂੰ ਮਿਲਾ ਕਰਕੇ ਚਲੇ ਗਏ ਸਨ। ਸੋ ਬਹੁਤ ਹੀ ਵੀ ਇਹ ਵੱਡੀ ਗੱਲ ਹੈ। ਇਹ ਮੈਨੂੰ ਇੱਕ ਵਿਦਿਆਲਿਆ ਤੋਂ ਜਾਂਦੀ ਹੈ ਜਗਤ ਸਿੰਘ ਜੀ ਦੀਆਂ ਸੇਵਾਵਾਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਵੱਡੀਆਂ ਹਨ। ਉਹਨਾਂ ਨੇ ਸੰਦੇਸ਼ ਭੇਜਿਆ ਹੈ ਕਿ ਗੁਰਸਿੱਖੀਆਂ ਦਾ ਇੱਕ ਸੰਤ ਕਰਿਆ ਗਿਆ ਹੈ। ਇੰਨਾ ਕੁਛ ਕਹਿੰਦਾ ਹੋਇਆ ਮੈਂ ਜ਼ਿਆਦਾ ਸਮਾਂ ਕਰਾਂਗਾ, ਸਾਡੇ ਸਰਕਾਰ ਚੋਂ ਬੈਠੇ ਹਨ, ਸੋ ਪ੍ਰਮੰਡੀ ਪਰਿਵਾਰ ਤੋਂ ਗੁਰਮੁਖੀ ਜਨ ਸੁਹਾਰ ਦਰਗਾਹ ਚੱਲਿਆ, ਸੱਚੀ ਦਰਗਾਹ ਜਾ ਰਹੇ ਨੇ, ਸੱਚਾ ਪ੍ਰਬੰਧੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਧੇ ਕੀ ਜੈ। ਆਪਾਂ ਉਹਨਾਂ ਸਾਰਿਆਂ ਦੀ ਇਹਨਾਂ ਸਿੱਖਾਂ ਦੀ ਹਾਜ਼ਰੀ ਲਗਾਉਂਦਾ ਅਤੇ ਫਿਰ ਅੱਗੇ ਬੇਨਤੀ ਕਰਦਾ ਬੁਲਾਰੇ ਜੀ, ਮੇਜਰ ਸਰਦਾਰ ਗੁਰਜੀਤ ਸਿੰਘ ਜੀ ਕੋਕਰੀ ਕਲਾਂ, ਉਹ 2 ਮਿੰਟ ਵਾਸਤੇ ਹਾਜ਼ਰੀ ਲਗਾਉਣਗੇ। ਨਾਲ ਹੀ ਮੈਂ ਸਾਰੇ ਬੁਲਾਰਿਆਂ ਨੂੰ ਵੀ ਬੇਨਤੀ ਕਰਾਂਗਾ ਸਮੇਂ ਵਿੱਚ ਹੀ ਆਪਾਂ ਸਾਰੀ ਸਮਾਪਤੀ ਕਰਨਗੇ। ਜ਼ਿਆਦਾ ਬੁਲਾਰੇ ਜੀ ਇਹਨਾਂ ਤੋਂ ਬਾਅਦ ਸਰਦਾਰ ਬੀਪੀ ਸਿੰਘ ਪ੍ਰਮੰਡੀ ਅਤੇ ਧੰਨਵਾਦ ਕਰਨਗੇ ਸਰਦਾਰ ਗੁਰਜੰਤ ਸਿੰਘ ਮੈਂਬਰ ਪੰਚਾਇਤ, ਉਸ ਤੋਂ ਇਲਾਵਾ ਕੋਈ ਹੋਰ ਬੁਲਾਰਾ ਨਹੀਂ ਹੈ। ਮੇਜਰ ਸਰਦਾਰ ਗੁਰਜੀਤ ਸਿੰਘ ਜੀ ਕੋਕਰੀ ਕਲਾਂ, ਉਹ 2 ਮਿੰਟ ਵਾਸਤੇ ਮਜ਼ਦੂਰੀ ਵਿੱਚ ਬੈਠੀ ਸਤਸੰਗ ਜੀ ਸਰਦਾਰ ਪਿਆਰਾ ਸਿੰਘ ਜੀ ਅੰਤਮ ਅਰਦਾਸ ਦੇ ਸਮਰੋਹ ਸੱਜਣ ਗੱਲ ਕੇ ਆਪੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। ਮੈਂ ਸਰਦਾਰ ਪਿਆਰਾ ਸਿੰਘ ਜੀ ਯੂਨਿਟ ਦੇ ਵਿੱਚੋਂ ਜਿੱਥੇ ਉਹਨਾਂ ਨੇ ਤਕਰੀਬਨ 22 ਸਾਲ ਉਮਰ ਕੀਤੀ, ਮਹਾਂਪੁਰਸ਼ਾਂ ਨੇ ਉਹਨਾਂ ਦੇ ਬਾਹਰ ਦੇ ਇਤਿਹਾਸ ਬਾਰੇ ਬਹੁਤ ਕੁਛ ਦੱਸ ਦਿੱਤਾ ਅਤੇ ਮੈਂ ਯੂਨਿਟ ਦੇ ਵਿੱਚ ਪਿਆਰਾ ਸਿੰਘ ਮੈਨੂੰ ਬਹੁਤ ਸੀਨੀਅਰ ਸੀ, ਉਹ ਪਹਿਲਾਂ ਆ ਗਏ ਸੀ, ਮੈਂ ਉਹਨਾਂ ਨੂੰ ਬਾਅਦ ਗਿਆ ਹਾਂ, ਪਰ ਮੈਂ ਜੋ ਇਹਨਾਂ ਬਾਰੇ ਉੱਤੇ ਸੁਣਿਆ ਜੋ ਇੱਥੇ ਯੂਨਿਟ ਦੇ ਵਿੱਚ ਆਪਣੀ ਇਹ ਪਹਿਚਾਣ ਛੱਡ ਕੇ ਆਏ ਆ, ਮੈਂ ਕਦਾ ਮਿੰਟ ਤੁਹਾਡੇ ਨਾਲ ਉਸ ਵਾਸਤੇ ਗੱਲ ਕਰਾਂ। ਸਰਦਾਰ ਪਿਆਰਾ ਸਿੰਘ, ਇੱਕ ਤਾਂ ਮੈਂ ਕਲੀਅਰ ਕਰ ਦਿਆਂ ਕਿ ਤੁਸੀਂ ਕੁਛ ਕਹੋਗੇ ਵੀ ਕਹਿੰਦੇ ਸੂਬੇਦਾਰ ਅਤੇ ਸਾਲਦਾਰ ਆ, ਇਹ ਫੌਜ ਦੇ ਵਿੱਚ ਇੱਕ ਟੈਂਕਰ ਵਾਲੀ ਇਹ ਫੌਜ ਇਹੋ ਜਿਹੀ ਆ ਜਿਹਦੇ ਵਿੱਚ ਸੂਬੇਦਾਰ ਨੂੰ ਸਾਲਦਾਰ ਰੈਂਕ ਹੋਈ ਆ ਸੂਬੇਦਾਰ ਨੂੰ ਸਾਲਦਾਰ। ਸਰਦਾਰ ਪਿਆਰਾ ਸਿੰਘ ਨੇ 28 ਸਾਲ ਨੌਕਰੀ ਦਿੱਤੀ ਅਤੇ ਸਾਲਦਾਰ ਦਾ ਰੈਂਕ ਤਾਂ ਸੱਜੇ ਦਾ। ਜਿਹੜਾ ਫੌਜ ਦੇ ਵਿੱਚ ਜਿੰਨੇ ਵੀ ਇੱਥੇ ਕੁਛ ਬੈਠੇ ਹੋਣਗੇ ਮੁਲਾਜ਼ਮ
ਜਿਹੜਾ ਸਾਧਾ ਦਾ ਰੈਂਕ ਹੈ ਸਿੰਘ ਦਾ ਰੈਂਕ ਆ ਉਹ ਬਹੁਤ ਹੀ ਅਖੰਡ ਰੈਂਕ ਹੈ। ਇੱਥੋਂ ਤੱਕ ਬਹੁਤ ਹੀ ਘੱਟ ਸੱਜਣ ਆ ਜੋ ਇੱਥੋਂ ਤੱਕ ਪਹੁੰਚਦੇ। ਸਰਦਾਰ ਪਿਆਰਾ ਸਿੰਘ ਦੇ ਹੁੰਦਿਆਂ ਹੋਇਆਂ ਯੂਨਿਟ ਨੇ ਦੋ ਲੜਾਈਆਂ ਲੜੀਆਂ, ਮਹਾਂਪੁਰਸ਼ਾਂ ਨੇ ਦੱਸ ਦਿੱਤਾ ਐਕਟ 1965 ਐਕਟ 1973 ਪਾਕਿਸਤਾਨ ਦੇ ਨਾਲ। 1965 ਦੀ ਲੜਾਈ ਦੇ ਵਿੱਚ ਪਾਕਿਸਤਾਨ ਨੇ ਅਮੈਰੀਕਾ ਤੋਂ ਟੈਂਕ ਖਰੀਦੇ ਸੀ, ਜਿਸ ਦੇ ਸਾਹਮਣੇ ਆਪਣੇ ਟੈਂਕ ਬਹੁਤ ਹੀ ਜ਼ਿਆਦਾ ਕਮਜ਼ੋਰ ਸੀ, ਪਰ ਸਾਡੇ ਸਿੱਖਾਂ ਦੀ ਬਹਾਦਰੀ ਦੀ ਬਦੌਲਤ ਜਿਹੜੀ ਸਾਡੀ ਯੂਨਿਟ ਹੈ ਇਹਦੇ ਵਿੱਚ ਸਾਡਾ ਇੱਕ ਕੌਮੀ ਸਕਾਡਰਨ ਹੈ, ਕੌਮੀ ਰੈਜੀਮੈਂਟ ਹੈ। ਬਹਾਦਰੀ ਦੀ ਬਦੌਲਤ 103 ਟੈਂਕ ਪਾਕਿਸਤਾਨ ਚੱਲਦੇ ਹੋਏ ਛੱਡ ਕੇ ਭੱਜ ਗਏ, ਜਿਨ੍ਹਾਂ ਦੇ ਵਿੱਚ ਸਰਦਾਰ ਜਿਆਦਾ ਸਿੰਘ ਦਾ ਅਹਿਮ ਰੋਲ ਸੀ। ਸਾਡੀ ਯੂਨਿਟ ਦੇ ਵਿੱਚ ਹਿੰਦੁਸਤਾਨ ਦੀ ਫੌਜ ਦੇ ਵਿੱਚ ਪਿਆਰਾ ਸਿੰਘ ਦਾ ਨਾਮ ਬਹਾਦਰ ਸੈਨਿਕਾਂ ਦੀ ਕਤਾਰ ਵਿੱਚ ਲਿਖਿਆ ਗਿਆ। ਉਹ ਸਾਰੇ ਬੁਲਾਰੇ ਬੋਲ ਰਹੇ ਸੀ, ਮੇਰਾ ਵੀ ਦਿਲ ਕੀਤਾ ਕਿ ਮੈਂ ਵੀ ਲੋਕਾਂ ਪਿਆਰਾ ਸਿੰਘ ਬਾਰੇ ਦੱਸਾਂ ਕਿ ਉਹ ਇੰਨੇ ਬਹਾਦਰ ਇਨਸਾਨ ਸੀ। ਔਰ ਬਾਅਦ ਜਦ ਤੁਸੀਂ ਮਹਾਂਪੁਰਸ਼ਾਂ ਤੋਂ ਸੁਣ ਲਿਆ ਵੀ ਆਉਣ ਤੋਂ ਬਾਅਦ ਉਹਨਾਂ ਨੇ ਕਿੰਨਾ ਸਿੱਖੀ ਦਾ ਪ੍ਰਚਾਰ ਕੀਤਾ ਔਰ ਕੀ ਕੁਛ ਲੋਕਾਂ ਦੇ ਹਮਦਰਦ ਸੀ, ਔਰ ਇਸ ਤਰ੍ਹਾਂ ਹੀ ਉਹਨਾਂ ਨੇ ਫੌਜ ਦੇ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ। ਫੌਜ ਦੇ ਵਿੱਚ ਇੱਕ ਸੈਨਿਕ 18-19 ਸਾਲ 20 ਸਾਲ ਦੀ ਉਮਰ ਦੇ ਵਿੱਚ ਜਾਂਦਾ ਔਰ 28 ਸਾਲ ਆਪਣੀ ਪੂਰੀ ਜਵਾਨੀ ਕਰਕੇ ਫਿਰ ਉਹ ਆਏ। ਆ ਕੇ ਵੀ ਉਹਨਾਂ ਨੇ ਇੱਥੇ ਜੇ ਕਿਸੇ ਦੀ ਕਮੀ ਕਰੀ, ਕੋਈ ਵੀ ਚਾਹੇ ਕੋਈ ਅੰਮ੍ਰਿਤਸਰ ਹੋਵੇ ਚਾਹੇ ਗੁਰਦਾਸਪੁਰ ਹੋਵੇ ਹਿੰਦੁਸਤਾਨ ਦੇ ਕਿਸੇ ਵੀ ਕੋਨੇ 'ਤੇ, ਅਗਰ ਇੱਕ ਉਹਨਾਂ ਨੂੰ ਫੋਨ ਕਰਤਾ ਕਿ ਫਲਾਨੀ ਜਗ੍ਹਾ ਮੈਂ ਜਾਣਾ ਮੈਂ, ਕਦੇ ਵੀ ਉਹਨਾਂ ਨੇ ਕਿੰਨੇ ਵੀ ਬਿਜੀ ਹੋਣ ਉਹ ਆਪਣੀ ਕਬੀਲਦਾਰੀ ਦੇ ਵਿੱਚ ਜਾਂ ਕਿਸੇ ਕੰਮ ਦੇ ਵਿੱਚ ਉਹਨਾਂ ਨੇ ਕਦੀ ਨਾ ਨਹੀਂ ਕੀਤਾ। ਔਰ ਮੈਂ ਲਾਸਟ ਦੇ ਵਿੱਚ ਮੇਰੇ ਨਾਲ ਦੇ ਹੋਰ ਸਾਥੀ ਆਏ ਆ ਜਿਹੜੇ ਉਹਨਾਂ ਨਾਲ ਨੌਕਰੀ ਕੀਤੀ ਆ, ਕੈਪਟਨ ਅਮਰ ਸਿੰਘ ਭੋਲਣ ਤੋਂ ਆਏ ਆ, ਉਹ ਬਹੁਤ ਹੀ ਉਹਨਾਂ ਨੂੰ ਨਜ਼ਦੀਕ ਤੋਂ ਜਾਣਦੇ ਆ। ਮੇਰੇ ਵੱਲੋਂ ਅਤੇ ਮੇਰੇ ਸਾਥੀਆਂ ਵੱਲੋਂ ਅਤੇ ਜੋ ਮੇਰੇ ਸੀਨੀਅਰ ਆਏ ਆ ਪਿੰਡ ਵਾਸੀਆਂ ਵੱਲੋਂ, ਮੈਂ ਸਰਦਾਰ ਪਿਆਰਾ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰ ਸ਼ੁਕਰ ਤਾਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬ ਜੀ ਪਾਵਨ ਪਵਿੱਤਰ ਜਨੁਰੀ ਸੁਭਾਏ ਨਾਲ ਬਹੁਤ ਹੀ ਸਤਿਕਾਰ ਨਾਲ ਸੰਗਤ ਨੂੰ ਅਦਬ ਅਤੇ ਸਤਿਕਾਰ ਨਾਲ ਅਗੇਤਨ ਜੀ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਅੱਜ ਅਸੀਂ ਸਾਡੇ ਬਹੁਤ ਹੀ ਸਤਿਕਾਰਯੋਗ ਦੇ ਮਾਲਕ ਪੂਜਨੀਕ ਕੌਮੀ ਦੇਸ਼ ਭਗਤ ਉੱਘੇ ਸਮਾਜ ਸੇਵੀ ਸੂਬੇਦਾਰ ਕੈਰਾ ਸਿੰਘ ਜੀ ਗੁੱਡਲ, ਉਹਨਾਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਹੁੰਦੇ ਪੂਜਨੀਕ ਸੂਬੇਦਾਰ ਕੈਰਾ ਸਿੰਘ ਜੀ ਗੁੱਡਲ ਕੁਛ ਦਿਨ ਪਹਿਲਾਂ ਆਪਣਾ 5 ਭੋਜਨ ਸਰੀਰ ਤਿਆਗ ਕੇ ਪਰਿਵਾਰ ਨੂੰ ਸਾਨੂੰ ਸਾਰਿਆਂ ਨੂੰ ਅਚਾਨਕ ਸਰੀਰੀ ਸੁਣਾ ਦੇ ਕੇ ਸਨ, ਪ੍ਰਲੋਭ ਕਬਰ ਕਰਕੇ ਸਨ। ਗੁਰੂ ਸਾਹਿਬ ਜੀ ਦੇ ਚਰਨਾਂ ਚਾਰ ਕਰਦੇ ਹਨ। ਅੱਜ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਗੁੱਡਲ ਪਰਿਵਾਰ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਹਿਜ ਪਾਠ ਦੇ ਭੋਗ ਪਾਏ। ਇਸ ਮੌਕੇ ਤੇ ਬਹੁਤ ਵੱਡੀ ਗਿਣਤੀ ਦੇ ਸੰਗਤਾਂ ਸਭਾਇਮਾਨ ਹਨ, ਜਿਨ੍ਹਾਂ ਵਿੱਚ ਬਹੁਤ ਹੀ ਸਤਿਕਾਰ ਸੰਤ ਮਹਾਂਪੁਰਸ਼ ਸੰਤ ਬਾਬਾ ਜਗਤ ਸਿੰਘ ਜੀ ਢਾਡੀ ਤੋਂ, ਇਹ ਨਹੀਂ ਸਾਡੇ ਬਦਲੀ ਕਲਾਂ ਤੋਂ ਬਹੁਤ ਹੀ ਸਤਿਕਾਰ ਸੰਤ ਬਾਬਾ ਸਤਪਾਲ ਸਿੰਘ ਜੀ ਬਦਲੀ ਕਲਾਂ ਵਾਲੇ, ਹੋਰ ਸੰਤ ਮਹਾਂਪੁਰਸ਼ ਸੰਤਾਂ ਦੇ ਵਿੱਚ ਵੱਡੀ ਗਿਣਤੀ ਦੇ ਸਰਪੰਚ ਸਾਬਕਾ ਸਰਪੰਚ ਨਾਲ ਸਾਥੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਉਹਨਾਂ ਦੇ ਬਹੁਤ ਹੀ ਕਰੀਬੀ ਸਾਥੀ ਜੋ ਹਿੰਦੁਸਤਾਨ ਦੀ ਫੌਜ ਉਹਨਾਂ ਦੇ ਨਾਮ ਦੇ ਵਿਸ਼ੇਸ਼ ਤੌਰ 'ਤੇ ਆਏ ਹੋਏ। ਜਦੋਂ ਤੱਕ ਸੂਬੇਦਾਰ ਪਿਆਰਾ ਸਿੰਘ ਗੁੱਡਲ ਜੀ ਦੀ ਜੀਵਨ ਦੀ ਗੱਲ ਕਰੀਏ, ਉਹਨਾਂ ਦਾ ਬੜਾ ਹੀ ਆਦਰਸ਼ਵਾਦੀ ਜੀਵਨ ਸੀ। ਉਹਨਾਂ ਦੇ ਜੀਵਨ ਦਾ ਵਧੇਰੇ ਸਮਾਂ ਗੁਰੂ ਘਰ ਦੀ ਸੇਵਾ ਤੇ ਸਿਮਰਨ ਚਲਾਇਆ, ਲੋਕ ਸੇਵਾ ਤੇ ਸਮਾਜ ਸੇਵਾ ਚਲਾਇਆ।
ਸੂਬੇਦਾਰ ਕੈਲਾ ਸਿੰਘ ਜੀ ਬੁੱਢਰ ਵੱਲੋਂ ਹਿੰਦੁਸਤਾਨ ਉੱਤੇ ਉਹਨਾਂ ਨੇ 1935 ਤੇ 1971 ਦੀਆਂ ਜੰਗਾਂ ਬੜੀਆਂ ਬੜੀ ਸੂਰਬੀਰਤਾ ਨਾਲ ਲੜੀਆਂ। ਇਸ ਸੂਰਬੀਰਤਾ ਲਈ ਉਹਨਾਂ ਨੂੰ ਹਿੰਦੁਸਤਾਨ ਦੇ ਰਾਸ਼ਟਰਪਤੀ ਨੇ 2 ਮੈਡਲ ਦੇ ਕੇ ਨਵਾਜਿਆ ਤੇ ਆਪਣੇ ਨਗਰ ਲਈ, ਆਪਣੇ ਹਲਕੇ ਲਈ, ਆਪਣੇ ਦੇਸ਼ ਕੌਮ ਲਈ ਬੜੀ ਹੀ ਮਾਣ ਤੇ ਗੌਰਵ ਹੈ। ਜਿੱਥੋਂ ਤੱਕ ਉਹਨਾਂ ਦਾ ਰਾਸ਼ਟਰੀ ਤੌਰ ਤੇ ਜਿਹੜੇ ਜਗਦੇਵ ਸਿੰਘ ਜੀ ਤੇ ਵੱਡੀ ਵਿਦਾਲ ਉਹਨਾਂ ਦਾ ਬਹੁਤ ਪਿਆਰ ਪਿਆਰ ਤੇ ਸਤਿਕਾਰ ਸੀ। ਉਹਨਾਂ ਦੇ ਪੁਰਾਣੇ ਸਾਥੀਆਂ ਪੇਟ ਸਨ, ਦੋਸਤੀ ਲੋਕ ਸਾਥੀਆਂ ਪੇਟ ਸਨ। ਉਸ ਇਸ ਗੁੱਟਰ ਪਰਿਵਾਰ ਦੇ ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਅਤੇ ਸਿੱਖ ਪੰਥ ਦੀ ਚੜ੍ਹਦੀ ਕਲਾ ਵਿੱਚ ਹਮੇਸ਼ਾ ਹੀ ਉਹਨਾਂ ਨੇ ਬਹੁਤ ਵਡਮੁੱਲਾ ਯੋਗਦਾਨ ਪਾਇਆ। ਸਮਾਂ ਬਹੁਤ ਹੋ ਗਿਆ, ਮੈਂ ਉਹਨਾਂ ਦੇ ਗੁੱਟਰ ਪਰਿਵਾਰ ਦੇ ਸੁੱਚੇ ਪਰਿਵਾਰ ਦਾ ਉਹਨਾਂ ਦੀ ਕਾਪੀ ਸਪੁੱਤਰੀ ਬੀਬੀ ਰੁਪਿੰਦਰ ਕੌਰ ਜੀ ਦੇ ਨਾਲ ਉਹਨਾਂ ਦੇ ਚਾਰੇ ਭਤੀਜੇ ਸਰਦਾਰ ਦਲਕੌਰ ਸਿੰਘ ਜੀ, ਸਰਦਾਰ ਰਣਵੀਰ ਸਿੰਘ ਜੀ, ਇਸੇ ਤਰ੍ਹਾਂ ਸਰਦਾਰ ਚਰਨਜੀਤ ਸਿੰਘ ਜੀ, ਸਰਦਾਰ ਚਰਨਜੀਤ ਸਿੰਘ ਜੀ ਬੁੱਢਰ ਸਮੂਹ ਬੁੱਢਰ ਪਰਿਵਾਰ ਦੇ ਨਾਲ ਜੁੜਦਾ ਹਮਦਰਦੀ ਦਾ ਪ੍ਰਗਟਾਵਾ ਕਰਦਾ। ਬਹੁਤ ਇੱਕ ਗੱਲ ਸੱਚਾਈ ਹੈ ਕਿ ਯੂਨੀਵਰਸਲ ਪ੍ਰੋਤਾ ਇਸ ਫਿਲਾਸਫੀ ਨੂੰ ਸਮਝਣਾ ਬੜੇ ਗੌਰ ਨਾਲ ਕਿਸ ਨੂੰ ਆਖਦੀ ਹੈ ਬਿਲ ਪੁੱਛਿਆ ਨਹੀਂ ਜਾਂਦਾ ਹੈ। ਬੜੇ ਸਰਕਾਰ ਤੋਂ ਬੁਲਾਰਿਆਂ ਨੇ, ਖਾਸ ਕਰਕੇ ਸਰਕਾਰ ਤੋਂ ਭਾਈ ਦਲਜੀਤ ਸਿੰਘ ਜੀ, ਕਿਉਂਕਿ ਇਸਦੇ ਮਹਿਮਾਨ ਹਨ, ਬੜੇ ਵਿਸਥਾਰ ਤੋਂ ਜੋ ਉਹਨਾਂ ਦੇ ਮਹਾਨ ਜੀਵਨ ਬਾਰੇ ਜਾਣਕਾਰੀ ਦਿੱਤੀ ਹੈ, ਉਹਨਾਂ ਦੇ ਬੀਬੀ ਸਾਥੀ ਸਰਕਾਰ ਤੋਂ ਸਰਦਾਰ ਬਾਬੂ ਸਿੰਘ ਜੀ ਨੇ ਉਹਨਾਂ ਦੇ ਬਹੁਤ ਵਿਸਥਾਰ ਦੇ ਨਾਲ ਉਹਨਾਂ ਦੀ ਸ਼ਰਧਾਂਜਲੀ ਭੇਟ ਕੀਤੀ ਹੈ, ਭਾਈ ਗੁਰਜੰਟ ਸਿੰਘ ਜੀ ਦੇ ਸਿਧਾਂਤਾਂ ਦਾ। ਸੋ ਮੈਂ ਸਿੱਖ ਪੰਥ ਦੀ ਪ੍ਰਭਾਵ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਸ ਮਹਾਨ ਸਤਿਕਾਰ ਸੂਬੇਦਾਰ ਕੈਲਾ ਸਿੰਘ ਜੀ ਬੁੱਢਰ ਨੂੰ ਬੜੇ ਹੀ ਆਦਰ ਤੇ ਸਤਿਕਾਰ ਦਾ ਸਿਧਾਂਤ ਕੀਤਾ। ਪਰਮੇਸ਼ਰ ਅੱਗੇ ਅਰਦਾਸ ਕੀਤੀ ਕਰਦਾ ਗੁਰੂ ਸਾਹਿਬ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਸੁੱਚੇ ਪਰਿਵਾਰ ਦੇ ਮੈਂਬਰਾਂ ਨੂੰ ਸਕੇ ਸਮਗੇ ਨੂੰ ਪਾਣਾ ਪੁਰਨ ਦਾ ਬਲ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਸੇਵਾ ਕੀਤੀ ਗਈ ਹੈ। ਬਾਬਾ ਫੌਜ ਦੇ ਸਮਾਨ ਵਾਸਤੇ 2100 ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਵਾਸਤੇ 500 ਰੁਪਏ, ਸਰਕਾਰੀ ਮਿਡਲ ਸਕੂਲ ਲਈ 500 ਰੁਪਏ, ਮਾਤਾ ਰਾਣੀ ਮੰਦਰ ਵਾਸਤੇ 500 ਰੁਪਏ, ਰਮਦਾਸੀਆ ਧਰਮਸ਼ਾਲਾ ਜੋ ਪੁਰਾਤਨ ਪੁਰਾਣੀ ਧਰਮਸ਼ਾਲਾ ਉਹਦੇ ਵਾਸਤੇ 500 ਰੁਪਏ, ਸੁਖਣੀ ਸਾਹਿਬ ਸੇਵਾ ਸੁਸਾਇਟੀ ਵਾਸਤੇ 500 ਰੁਪਏ, ਸ਼ਮਸ਼ਾਨ ਘਾਟ ਵਾਸਤੇ 500 ਰੁਪਏ ਦੀ ਸੇਵਾ ਕੀਤੀ ਗਈ ਹੈ। ਇਹ ਮਾਇਆ ਜਿਹੜੀ ਹੈ ਮੇਰੇ ਕੋਲ ਹੈ, ਆਪ ਜੀ ਜਿੰਨੇ ਵੀ ਇਹਨਾਂ ਸੰਸਥਾਵਾਂ ਨਾਲ ਸੰਬੰਧਿਤ ਮੈਂਬਰ ਸਾਹਿਬਾਨ ਇੱਥੇ ਪਹੁੰਚੇ ਉਹ ਜ਼ਰੂਰ ਭਾਈ ਲੈ ਕੇ ਜਾਣ ਦੀ ਕਿਰਪਾ ਕਰਨ ਬੇਨਤੀ ਕਰਾਂਗੇ। ਸਰਦਾਰ ਗੁਰਜੰਟ ਸਿੰਘ ਮੈਂਬਰ ਪੰਚਾਇਤ, ਉਹ ਆਈਆਂ ਸੰਗਤਾਂ ਦਾ, ਮਹਾਂਪੁਰਸ਼ਾਂ ਦਾ, ਬੁਲਾਰਿਆਂ ਦਾ, ਸਭ ਦਾ ਧੰਨਵਾਦ ਕਰਨਗੇ। ਅਤੇ ਉਸ ਉਪਰੰਤ ਜਿਹੜੇ ਸਰੋਤਾ ਹਨ ਉਹ ਬਾਬਾ ਜੀ ਕੀਤੀ। 2.5 ਸਾਲ ਨੌਕਰੀ ਕਰਨ ਤੋਂ ਬਾਅਦ
फिर परमात्मा की कृपा हुई क्योंकि एक बंदा पेंशन आता है बहुत घट खास करके साढ़े फौजी भाई ने बहुत घट ने जो मतलब गुरु घर सेवा गुरबाणी पाठ जाते हैं प्यारा सिंह एक बहुत बड़ी सेहत मिली जी भी साढ़े नगर वास्ते अज अंतम अदालत संगत कतर हुई है उन्होंने वास्ते एक पैड़ा छड़ गए ने कि हर एक इंसान ने दुनिया को जाना हर एक इंसान की अंतम अदालत होनी है ये कोई दो रह नहीं है वो एक ऐसा पैड़ा छड़ गए ने कि कल जी गिनती है वह किस तरह जोनी चाहिए है गुरुद्वारा प्रबंधक कमेटी के भी रहे ता भी उन्होंने उन्नी सेवा की जे गुरुद्वारा प्रबंधक कमेटी में नहीं रहे फिर भी उन्नी सेवा की ये है कि मैं कितने बार संसार कमेटी में रहा हूँ मैं कमेटी में थी कमेटी में मुंडा होया उन्होंने कड़ाई में जाके ऐसे कड़ाई में बिल्डिंग जब बनी हुई है सेंटर वगैरह भी बने हुए बहुत सेवा उन्होंने अपने तन मन से धन की है तो मैं ज्यादा समा ना लवान आप सारे ने गलती की है कि गुरदार प्यारा सिंह परमात्मा अपने चरणा धन्यवाद प्रकट करे बहुत सारे बुलाए आए ने महापुरुष ढैगी साहब को बाबा जगत सिंह जी आए ने बद्दी ग्राम तो बाबा सतपाल सिंह जी उन्होंने जत्था उन्होंने रंग कीर्तन किया है ढैकी वाले जत्थे ने कीर्तन किया है श्रोमणी कमेटी मैंबर जगदा दिलजीत सिंह करौंडी साहब अपने कीमती समा कट के पहुंचे है मेरे फौजी वीर जिन्हां ने उन्होंने नाल बोली की है वह भी अपने समय से समा कट के अपना प्यार जताते हुए सरदार प्यार सिंह के अंतम अदालत में एकत्र हुए ने इन्हां सारे महान शख्सियतों का नगर वालों गुरद्वारा प्रबंधक कमेटी वालों नगर की पंचायत वालों धन्यवाद किया जाता है और जितनी भी संगत गुरुद्वारे करके पहुंचा ने सारिया संगत दोस्त मित्र सब का धन्यवाद किया जाता है बाकी सिंह का धन्यवाद किया जाता है देश से आने वाले सिंह का धन्यवाद किया जाता है तो परमात्मा के दास की इति करना कि सच्चे पातशाह सरदार प्यारा सिंह अपने चरणों में सुभाग प्रकट करी सच्चे परिवार नगर मनमन का भला प्रकटी क्योंकि प्यारा सिंह के जाने तो बाद सरदार परिवार को घाटा नहीं है जिन्हें थोड़ा जहा समा भी सी उन्होंने हिसाब से अखबार वगैरह पढ़ते थे जिन्हें फौजी साढ़े पिंड उन्होंने भी हरेक खबर देते थे गुरुद्वारा साहब के गुरबाणी पढ़ते स्पीड चंगी थी जो गुरु महाराज का पाठ पुछे गुप्ता सिंह ने कहना भी प्यारा सिंह रोड लाओ ता कि पाठ पौर हो जाओ तो बहुत बड़ा घाटा पे सीधा अपन सारे भी तो जाना एक बार सब ने है चंगे कर्म करके जाइए तो आपा कि अज अज प्यारा सिंह आप सारे याद करते हैं कितने बुलाए आए जी तो पहली जिंदगी जो कि जाइए आप सेहत का जो कैटा प्यारा सिंह अपन छट गया आप इन्हों को पहला लेना चाहता है उन्होंने सोचना प्रोग्राम ਭਾਈ ਗੁਰਦੀਪ ਸਿੰਘ ਦੱਸਣਗੇ ਦਾਸ ਤੋਂ ਦੋ ਦਿਨ ਬਾਅਦ ਹੀ ਹੋਵੇ ਘੁੰਮਣ ਜਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਸਤਪਾਲ ਸਿੰਘ ਜੀ ਉਹਨਾਂ ਨੂੰ ਗੁਰੂ ਘਰ ਦੇ ਸਰੋਤਾ ਦੀ ਬਖਸ਼ਿਸ਼ ਕਰਨਗੇ ਬੋਲੇ ਸੋ ਨਿਹਾਲ ਸਰਦਾਰ ਜਗਦੀਪ ਸਿੰਘ ਜੀ ਤੋਂ ਬੋਲੇ